ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੇਜ ਨੰਬਰ 19, ਬਾਲ ਉਪਦੇਸ਼ ਕਿਤਾਬ, ਹੇਸਟਿੰਗਸ, ਨਿਊਜ਼ੀਲੈਂਡ ਦੇ ਵਿੱਚ ਬੈਠੇ ਬੱਚੇ ਜਿਹੜੇ ਪੰਜਾਬੀ ਕਲਾਸ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਵੀਡੀਓ, ਬਾਕੀ ਰਹਿੰਦੇ ਆ, ਬਾਕੀ ਰਹਿੰਦੇ ਸੰਸਾਰ ਵਿੱਚ ਵੀ ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਆ, ਕਿਸੇ ਵੀ ਏਜ ਦਾ ਕੋਈ ਵੀ ਬੰਦਾ ਜਿਹੜਾ ਪੰਜਾਬੀਆਂ ਦੇ ਘਰ 'ਚ ਪੈਦਾ ਹੋਇਆ, ਜਿਹਨੂੰ ਪੰਜਾਬੀ ਮੇਰੀ ਬੋਲਣ ਜੋ ਮੈਂ ਬੋਲ ਰਿਹਾ ਉਹ ਸਮਝ ਆਉਂਦੀ ਆ। ਇਹ ਹੈ ਵੀਡੀਓ 19 ਨੰਬਰ ਪੇਜ ਬਾਲ ਉਪਦੇਸ਼ ਕਿਤਾਬ ਤੋਂ, ਜਿਹਦੇ ਵਿੱਚ ਆਪਾਂ ਹੋੜੇ ਵਾਲੇ ਸ਼ਬਦ, ਕਨੌੜੇ ਵਾਲੇ ਸ਼ਬਦ, ਦੋ ਅੱਖਰੇ, ਤਿੰਨ ਅੱਖਰੇ, ਚਾਰ ਅੱਖਰੇ, ਉਸ ਬਾਅਦ ਫਿਰ ਅੱਗੇ ਆ ਗਿਆ ਟਿੱਪੀ, ਬਿੰਦੀ, ਅੱਧਕ, ਇਹ ਸਾਰਾ ਕੁਝ ਆਪਾਂ ਕਰਦੇ ਹਾਂ ਜੀ। ਚਲੋ ਬਿਨਾਂ ਟਾਈਮ ਖਰਾਬ ਕੀਤੇ ਆਪਾਂ ਅੱਗੇ ਤੁਰੀਏ। ਹੋੜੇ ਵਾਲੇ ਸ਼ਬਦ ਜਿਹੜਾ ਆ, ਹੋੜਾ ਇੱਕ ਮਾਤਰਾ ਆ, ਹੈ ਕੀ ਇਹ ਤੁਹਾਨੂੰ ਦਿਖਾ ਰਿਹਾ। ਤੁਹਾਡੇ ਸਾਹਮਣੇ ਅਲਫਾਬੈਟ ਆ ਰਿਹਾ ਜੀ, ਹਾਹਾ, ਹਾਹਾ ਅੱਖਰ ਆ ਗਿਆ। ਹਾਹੇ ਦੇ ਉੱਤੇ ਜੋ ਲੱਗਿਆ ਹੋਇਆ ਆ ਇਹਨੂੰ ਹੋੜਾ ਕਹਿੰਦੇ ਨੇ, ਠੀਕ ਆ। ਹਾਹੇ ਦੇ ਉੱਤੇ ਜਿਹੜੀ ਮਾਤਰਾ ਲੱਗੀ ਹੋੜਾ ਕਹਿੰਦੇ ਨੇ ਇਹਨੂੰ, ਔਰ ਜਿਹਦੇ ਉੱਤੇ ਵੀ ਲੱਗ ਜਾਂਦਾ ਆ, ਵੈਸੇ ਅਗਰ ਹਾਹੇ ਉੱਤੇ ਨਾ ਲੱਗਿਆ ਹੋਵੇ ਤਾਂ ਹਾਹਾ ਆਵਾਜ਼ ਕਦੇ ਦਿੰਦਾ, ਹਾ, ਠੀਕ ਆ। ਜਿਵੇਂ ਮੇਰਾ ਨਾਂ ਹਰਜੀਤ ਸਿੰਘ ਹੈ ਤਾਂ ਮੈਂ ਹ ਰ ਜੱਜੇ ਪਿਆਰੀ ਤੱਤਾ ਹਰਜੀਤ, ਠੀਕ, ਹਰਜੀਤ। ਸੋ ਹਾਹਾ ਹਾ ਦੀ ਆਵਾਜ਼ ਦਿੰਦਾ, ਪਰ ਜਿਹਦੇ ਇਹਦੇ ਉੱਤੇ ਹੋੜਾ ਲੱਗ ਜਾਂਦਾ ਤਾਂ ਕੀ ਬਣ ਜਾਂਦਾ, ਹੋ, ਹੋ, ਓ ਦੀ ਆਵਾਜ਼ ਦਿੰਦਾ ਆ, ਠੀਕ ਆ। ਸਾਊਂਡ ਦੇਣਾ ਨੇ ਓ ਦਾ, ਜਿਹਨੂੰ ਵੀ ਲੱਗਣਾ, ਠੀਕ ਆ। ਪਰ ਇਹਨੇ ਊੜੇ ਦਾ ਮੂੰਹ ਖੁੱਲ੍ਹਣਾ ਪੈਂਦਾ ਆ, ਬਸ ਇੱਕ ਇਹਦੇ 'ਚ ਇਹ ਫਰਕ ਆ, ਬਾਕੀ ਸਾਰੇ ਡਿਫਰੈਂਟ ਆ। ਇਹਨੇ ਊੜਾ ਕਿੱਦਾਂ ਬੋਲਣਾ, ਓ, ਸੋ, ਸੋ, ਸੌ ਨਹੀਂ ਬੋਲਣਾ, ਸੌ ਇੱਕ ਤਾਂ ਹੁੰਦਾ ਨਾ ਆਪਾਂ ਸੌ, ਹੰਡਰਡ, ਉਹ ਕਨੌੜਾ ਲਾ ਕੇ ਬਣਦਾ, ਇਹ ਬਣ ਗਿਆ ਸੋ, ਸੋ, ਠੀਕ ਆ। ਉਹ ਹੋਰ ਹੈ, ਹੋ, ਕੋ, ਖੋ, ਗੋ, ਅਤੇ ਇੱਦਾਂ ਫਿਰ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਦੇ ਕਰਦੇ ਹਾਂ ਆ ਗਏ ਦੋ ਅੱਖਰੇ ਸ਼ਬਦਾਂ 'ਤੇ। ਦੋ ਅੱਖਰੇ ਸ਼ਬਦ ਜਿਹੜੇ ਨੇ ਉਹ ਤੀਸਰਾ ਪੈਰਾਗ੍ਰਾਫ ਆ, ਹੋੜੇ ਵਾਲੇ ਦੋ ਅੱਖਰੇ ਸ਼ਬਦ ਆ ਥੱਲੇ ਆ ਗਿਆ ਇੱਥੇ। ਢੱਡੇ ਨੂੰ ਹੋੜਾ ਲੱਗ ਗਿਆ, ਕੀ ਬਣ ਗਿਆ, ਢੋ ਜਮਾਂ ਲੱਲਾ ਕੀ ਬਣ ਗਿਆ, ਪਲੱਸ ਲੱਲਾ ਕੀ ਬਣ ਗਿਆ, ਢੋਲ। ਨੈਕਸਟ ਗੋਲ, ਤੋਲ, ਬੋਲ, ਵੋਟ, ਕੋਟ। ਦੂਸਰੀ ਲਾਈਨ ਇਹ ਪੜ੍ਹ ਰਹੇ ਹਾਂ, ਤੱਤੇ ਨੂੰ ਹੋੜਾ, ਰਾੜਾ, ਤੋੜ, ਠੀਕ ਹੈ। ਇੱਥੇ ਅੱਗੇ ਕੀ ਲਿਖਿਆ, ਮੋੜ, ਰੋਗ, ਮੋਰ, ਚੋਰ, ਗੋਭੀ। ਤੀਸਰੀ ਲਾਈਨ ਜੋਕ, ਮੋਟਾ, ਛੋਟਾ, ਖੋਤਾ, ਟੋਆ, ਘੋੜਾ। ਚੌਥੀ ਲਾਈਨ ਸੋਟੀ, ਛੋਟੀ, ਕੋਟੀ, ਜੋਗੀ, ਕੋਠੀ, ਰੋਟੀ। ਪੰਜਵੀਂ ਲਾਈਨ ਧੋਬੀ, ਰੋਗੀ, ਮੋਤੀ, ਤੋਰੀ, ਲੋਭੀ, ਰੋਜ਼। ਅਤੇ ਅਖੀਰਲੀ ਲਾਈਨ ਜੋਗਾ ਸਿੰਘ, ਰੋਟੀ ਖਾ, ਕੋਟ ਪਾ, ਢੋਲ ਵਜਾ, ਠੀਕ ਆ ਜੀ। 20 ਨੰਬਰ ਪੇਜ ਸਭ ਤੋਂ ਉੱਪਰ ਪੂਰਾ ਤੋਲ। ਪੂਰਾ ਤੋਲ ਦਾ ਮਤਲਬ ਆ, ਦੁਕਾਨਦਾਰ ਜਦੋਂ ਪੁਰਾਣੇ, ਹੁਣ ਤਾਂ ਜਿਹੜੇ ਤੋਲਣ ਵਾਲੇ ਸਕੇਲ ਜਿਹਦੇ ਆਪਾਂ ਨਾਲ ਤੋਲਦੇ ਹਾਂ ਆਪਾਂ, ਉਹ ਹੁਣ ਤਾਂ ਕੰਪਿਊਟਰਾਈਜ਼ਡ ਆ ਗਏ ਆ। ਪਹਿਲਾਂ ਜਿਹੜੇ ਉਹ ਦੂਸਰੇ ਹੁੰਦੇ ਸੀ, ਉਹਦੇ 'ਚ ਕੋਈ ਜਿਹੜਾ ਆ ਉਹ ਬੰਦੇ ਕਰਪਟ ਹੁੰਦੇ ਸੀ, ਉਹ ਵੱਧ ਘੱਟ ਵੀ ਤੋਲ ਦਿੰਦੇ ਸੀ। ਉਹਨੂੰ ਕਹਿੰਦੇ ਪੂਰਾ ਤੋਲ, ਭਾਈ ਗਲਤ ਨਾ ਤੋਲ, ਪੂਰਾ ਤੋਲ, ਪੂਰਾ ਤੋਲ, ਝੂਠ ਨਾ ਬੋਲ, ਸੋਟੀ ਮੋਟੀ ਹੈ। ਦੂਸਰੀ ਲਾਈਨ ਤੋੜ ਫੋੜ ਨਾ ਕਰ, ਵੀ ਕੋਈ ਬੱਚਾ ਚੀਜ਼ਾਂ ਤੋੜ ਰਿਹਾ, ਉਹਨੂੰ ਕਹਿੰਦੇ ਤੋੜ ਫੋੜ ਨਾ ਕਰ। ਇਹ ਕੋਟੀ ਬਹੁਤ ਗਰਮ ਹੈ, ਕੋਟੀ ਜਿਹੜਾ ਆਪਾਂ ਪਾਉਂਦੇ ਹਾਂ ਨਾ ਠੰਡ 'ਚ, ਜੈਕਟ ਪਾਉਂਦੇ ਹਾਂ, ਕੋਟੀ ਪਾਉਂਦੇ ਹਾਂ, ਉਹਨਾਂ ਦੀ ਬਣਾਈ। ਤੀਜੀ ਲਾਈਨ ਤੋਤਾ ਟਾਣੀ 'ਤੇ ਬੈਠਾ ਹੈ, ਟਾਣੀ 'ਤੇ, ਔਨ ਦ ਬ੍ਰਾਂਚ। ਚੋਰ ਨਾ ਬਣ, ਬਾਗ ਵਿੱਚ ਮੋਰ ਬੋਲ ਰਹੇ ਹਨ, ਠੀਕ ਹੈ। ਹੁਣ ਆ ਗਏ ਹੋੜੇ ਵਾਲੇ ਤਿੰਨ ਅੱਖਰੇ ਸ਼ਬਦ, ਇਹਦੇ ਵਿੱਚ ਇੱਥੇ ਐ ਵਾਲਾ ਉੱਪਰ ਕੀ ਆ, ਸ ਮੋ ਸਾ, ਸਮੋਸਾ, ਠੀਕ ਆ। ਇੰਡੀਆ 'ਤੇ ਸਸਤਾ ਮਿਲਦਾ, ਇੱਧਰ ਤੁਹਾਨੂੰ ਨਿਊਜ਼ੀਲੈਂਡ 'ਚ ਮਹਿੰਗੇ ਮਿਲਦੇ ਆ, ਇੱਧਰ ਡਾਲਰਾਂ ਦੇ ਹਿਸਾਬ ਨਾਲ ਮਿਲਦੇ, ਉੱਥੇ ਤੁਹਾਨੂੰ 5-7 ਦਾ ਇੱਕ ਮਿਲ ਜਾਣਾ, ਇੱਥੇ ਤੁਹਾਨੂੰ, ਮੈਨੂੰ ਪਤਾ ਵੀ 1-2 ਡਾਲਰ ਦਾ ਮਿਲਿਆ, ਉਸ ਹਿਸਾਬ ਨਾਲ ਮਹਿੰਗਾ ਬਣ ਜਾਣਾ ਹੈ ਨਾ। ਮੈਂ ਸੋਚਦਾ ਪਰੌਂ ਪਕੌੜੇ ਪਕੌੜੇ ਵੀ ਤਾਲਿਆ ਕਰੀਏ ਨਾਲ, ਚਲੋ ਕੋਈ ਗੱਲ ਨਹੀਂ, ਸਮੋਸਾ ਖਾਓ ਪਹਿਲਾਂ ਤੁਸੀਂ, ਸਮੋਸਾ। ਨੈਕਸਟ ਆ ਭਰੋਸਾ, ਦੂਜਾ ਮੋਰਚਾ, ਅੱਗੇ ਸੋਣਾ, ਫਿਰ ਸੋਚਣਾ। ਦੂਜੀ ਲਾਈਨ ਯੋਗਤਾ, ਯੋਗਤਾ ਕੀ ਹੁੰਦਾ, ਕੈਪੇਬਿਲਿਟੀ। ਰੋਗਨ, ਗੋਪਾਲ, ਮੋਟਰ, ਕੋਇਲ, ਇਟਸ ਅ ਬਰਡ, ਕੋਇਲ,
सारा नहीं मैं एक्सप्लेन कर रहा हर चीज़ नूं, क्लास आओ बाकी क्वेश्चन इतने आके पुट करो, वीडियोस बहुत लंबिया बन जानिया ने एंड आई कांट एक्सप्लेन एवरीथिंग इन वीडियोस। तीसरी लाइन, रोपड़ बोतल गोलक रोशन जोकर। चौथी लाइन, चकोर सलोक क्रोध स्टोप कोठड़ी। पंजवी लाइन, रसोई मोरनी ढोलकी कोशिश ज्योतिषी। छेवीं लाइन, गोपाल सिंह मोटर चला समोसा खा, लियाओ चाह बना बना है ना समोसा खा। अगे कड़ी लाइन आ, बोतल ना फड़ टोकरी विच गोभी है, ठीक है टोकरी विच गोभी है। किन्नी लंबी कड़ी लाइन पढ़ रहे भला, किन्ना नंबर लाइन आ, एक दो तीन चार पाँच छे सत, सतवीं लाइन पढ़ रहे हैं, बोतल ना फड़ टोकरी विच गोभी है। अठवीं लाइन, गोलक विच पैसे पा वाहेगुरु ते भरोसा कर। अगे, कोयल दी आवाज़ रसीली है, रसीली कोयल की है, इट्स अ बर्ड, कोयल बर्ड जड़ा है वो बड़ा मिठी आवाज़ है उसकी, जिदा इतने आप न्यूजीलैंड देखते हैं सवेरे सवेरे एक चिड़ी बोलती है तड़के जो 3-4 बजे वो आवाज़ बहुत मिठी आवाज़ होती है सवेरे सवेरे आवाज़ आती है। रोशन सिंह रोपड़ जाके रोगन लिया, चलो रोपड़ शहर आ, अगे चल गए होड़े वाले चार अखरे शब्द, तो आ गए आप सोमवार। आ की लिखा, होनहार ठीक है, ज्योति जोत रायकोट। तीजी लाइन, गोदावरी रणजोध सरोवर अमोलक। फिर लास्ट, नकोदर हाई कोर्ट अनमोल कमजोर। इस तो अगे 21 नंबर पेज, जोधपुर मनजोत त्रिलोक टेलीफोन जोरावर अफसोस जोरदार गुलमोर। तीसरी लाइन, कुलदीप सिंह कमजोर नू ना छेड़, कमजोर नू ना छेड़, भी अपने तो माड़े बंदे नाल पंगे नहीं लईदे, किसी नाल भी नहीं लईदे, तंग नहीं करीदा किसी नू। चौथी लाइन, मनजोत कौर समय सिर स्कूल जा, समय सिर मतलब टाइम ते, भी ऑन टाइम, ये नहीं भी लेट ना जा। प्रमोद दा अर्थ खुशी है। अगली लाइन, त्रिलोक सिंह अनमोल बचन सुन। अगे, जोरावर सिंह गोदावरी विच इशनान कर। अगे, बड़ा जोरदार धमाका होया। ते अखीरली लाइन, बाबा जी दा टेलीफोन आया है। ठीक है जी, ये हो गई अपनी होड़े वाली प्रैक्टिस। इस बाद आ गया कनौड़ा, ते कनौड़े वाले शब्द की आ, कनौड़ा लिखा किवें जांदा आ, आ देखो कनौड़ा आ लिखा, आ सस्से नूं लग्या ना, सस्से दे उत्ते लग्या, होड़े तो थोड़ा जिहा डिफरेंट आ, ते ये की बन गया कनौड़ा। कनौड़ा इहनूं बोलना प्रोनाउंसिएशन की है, इहदी साउंड आ सौ, जे सस्से नूं लग गया ते सौ, जे होड़ा लगे तां सौ। होड़ा ते कनौड़ा च फर्क ये आ, जिहड़ा पिछे पढ़िया उसी होड़ा वह पढ़ना सौ, इहनूं पढ़ना सौ। चलो जी आपां करदे हां इहनूं, फिर आपे फर्क समझ आउण लग पैणा इहदे विचों। कनौड़े वाले दो अखरे शब्दों ते पहुँचते हैं, जदों ए देखो ए लिखा आ, चचे नूं कनौड़ा की बन गया, चौ प्लस रारा र, चौर 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 की हुंदा, चौर हुंदा जिहड़ा आपां गुरु ग्रंथ साहिब जी दे उपर चौर साहब की सेवा करते हैं, उन्हें कहिंदे चौर। ठीक है, जे होड़ा लगा हो की बन गया, चोर चोर दैट्स थीफ। ठीक है, फिखो कि फर्क पै गया होड़े ते कनौड़े नाल। अगे नैक्सट वर्ड, पौण, पौण मीनस हवा, चलती हुई हवा। धौण कौण चौण चौल। ठीक है, अखीरली लाइन, फौज मौज कौम सौना गौना पौधा। 22 नंबर पेज, भौरा चौड़ा कौड़ा औखा सौखा रौला। दूसरी लाइन, पौना सौदा दौड़ी। ठीक है, दूसरी लाइन दे विच 4 नंबर शब्द आ, कौड़ी पौड़ी कौली। तीजी लाइन, कौडी चौंकी, बिंदी नहीं लाई किताब वाले ने, लानी चाहिए सी चौंकी चाचे दे उत्ते कनौड़े दे नाल। चौड़े जौड़े औले,
अच्छा जी, लल्ले पैर बिंदी लगूगी, औले पर वो बिंदियां अगे जाके सिखानियां उदों तां नहीं लाइयां। खौरू, खौरू की हुंदा? खौरू जिहड़ा आपां पाउंदे आ, खौरू मतलब जदों क्लास चों मैं बाहर चले जाना ते पिछों आपां की पाउंदे आ, खौरू। खौरू मतलब एक दूजे दे एवें वाह या ते इधरों उधरों गल्लां बना बना के मारी जानियां, ने आह कहता उन्हें आह कहता, इहनूं कहिंदे खौरू पाउणा, खौरू पाया। ठीक है, अगे अगे चौथी लाइन, फौजा सिंह रौला ना पा चौल लिया। ठीक है, चौल कहने आ, चौल नहीं कहिंदे, चौल। अगे जी पंजवीं लाइन, हौली गल कर, हौली गल कर। हौली गल का मतलब ये नहीं है भी लाइट वेट वाली गल, मतलब हौली गल मतलब भी हौली हौली गल कर। दवाई बहुत कौड़ी है, कौड़ी प्रैक्टिस कौड़ी तो करो। ये चोर सोहना है। अगे, कमरे विच कौन है, धौण नीवी ना कर। ये सरोवर बहुत चौड़ा है, पौधे नू समय सिर पानी दियो। की आ, पौधे नू समय सिर, पौधे नू समय सिर पानी दियो। नेक्स्ट, कनौड़े वाले तीन अखरे शब्द, सेकंड पैराग्राफ आ गया। तीन तीन अखर जिहदे विच थ्री थ्री अल्फाबैट्स जिहड़े ने उह लाए गए ने, उत्ते मात्रा लगी कनौड़ा। पहला आ मौसम, औसत, नौकर, मखौल, फिलौर। दूसरी लाइन बिभौर, हौसला, चौबारा, भगौड़ा, भौंकना। तीजी लाइन चौराहा, तौलिया, हथौड़ा, खिडौना, डराउना। चौथी लाइन कचौरी, हथौड़ी, ड्रोली, जौरी, चौरासी। पंजवीं लाइन नौकरी, मौलवी, पकौड़े। की लिखिया भी, अवतार, लाहौर। एक मिनट, मेरे स्क्रीन ते थोड़े स्क्रैच पै गए, फोन थले डिग पिया सी, काफ़ी स्क्रैचेस पे आ, कोई गलत ना पढ़ दिया। हाँ जी, अवतार, लाहौर। अगे गया अनोख सिंह पकौड़े खा, कितना नंबर लाइन है, एक दो तीन चार पाँच, छे नंबर, छे नंबर लाइन ते आ, सेकंड पैराग्राफ छे नंबर लाइन। अनोख सिंह पकौड़े खा, लियाओ जी इंज पहले तैयार। हथौड़ा लिया, हथौड़ा ना रहने दो तुम, पुराना तौलिया ना लिया। फिर गए, कल मौसम बहुत खराब सी, खराब, ख ख ख खराब, खखे पर बिंदी, पकौड़े खा के पानी ना पी, तो तुम तो कोल्ड ड्रिंक पीने हटना नहीं, चलो पकौड़े खा के पानी ना पी। हाँ जी, थोड़े खाओ, गर्म गर्म कचौरी लिया, कचौरी भी एक तरह का तलिया होया खाने वाला पदार्थ आ। 23 नंबर पेज, हाँ जी 23 नंबर पेज, सब तो उपर, वाहिगुरु ने 84 लाख जूना बनाईया हन। फिर कनौड़े वाले चार खरे शब्द, चार खरे शब्दों के सब तो पहला कि सौदागर, 84, 84 कहता 84। चौंकीदार, फौजदार। दूजी लाइन नौजवान, नौनिहाल, 9 बार 9, 9 बार 9 जना मतलब कोई बंदा एन फिट हो जाए, बीमार सी दोबारा फिर फिट हो गया, उन्होंने कहते 9 बार 9 हो गया। धौलपुर, कौलसर। तीजी लाइन कौलसर, कौड़े बोल, कौड़े बोल मतलब इदा के लफ्ज़ जिद आप किसी गुस्सा चढ़ा दें। चॉकलेट, कलानौर। चौथी लाइन चमकौर, लखनौर, बिजनौर, बलाचौर, मानसून, खौफनाक, कौशल्या, डलहौजी। फिर अगे बख्तौर सिंह कौड़े बोल ना बोल, किन्नी नंबर लाइन ते है जी, एक दो तीन चार पाँच, छेवीं नंबर ते है। बख्तौर सिंह कौड़े बोल ना बोल, आ लिखा कौड़े, कौड़े ठीक है, कनौड़े नाले नू कौड़े बनना ना बोल। सौदागर, सौदा खरीद। मानसून बहुत तेज़ हन, नौजवान दौड़ रहे हन, दौड़ रहे हन। चौंकीदार पहरा दे रहा है। सेकंड लास्ट, ए मेज़ 84 रुपए का है। बड़िया पुरानी गल्ला भी, 84 रुपए कोई जी मेज़ नहीं आता, 84 रुपए का रंग आ जाए उन्होंने तो बड़ी गल है। फेरन वाला बावली साहिब दियां 84 पौड़ियां हन। हुण आ गया पाठ नंबर 15, पेज नंबर 23 ते आ गई टिप्पी। ठीक है, हुण अपनी रह गई टिप्पी बिंदी अदक, ते पैर च रारा, पैर च हाहा, इदां दे अखर दो चार रह गए, होर वो भी नबेड़ दिए। मैं कहना 15 मिनट होर रह गए ने इस वीडियो च, अद्धे घंटे की करनी आ। टिप्पी वाले शब्दों के जदों टिप्पी होंगी की आ, टिप्पी जिथे लग जाए आ आती है टिप्पी गोल। ठीक है, थले रमू करके अखर दे उत्ते पई आ, जिदा आप कही भी पतीला मूधा मारिया, ये हैगा टिप्पी। टिप्पी कहने इस मात्रा हूँ आप, इन्हें जिदे भी लग जाने इन्हें आवाज़ नहीं अंग, जिदा आ ससा आ, सस्से के उत्ते लग गई तेन आवाज़ नहीं संघ,
संघ गुरबाणी च कई थाई आई आ, जिदा ये जो पूरा वर्ड तुहानू सामने रखना ना फिर तुहानू समझ लगना। 24 नंबर पेज ते आ गए हाँ, इहदे उत्ते आपां टिप्पी दी दो अखरे शब्दों के नाल प्रैक्टिस करन लगे हाँ जी। सब तो उत्ते आ जिदा देखो आ धद्दा धिद्दा लिखिया, धद्दे के थले औंकड़ लगे तो उत्ते लगी टिप्पी, ठीक है। तो इनू की पढ़ा गया आप धुंद धुंद, चलो इतें आ जाओ इनू की पढ़ा, सस्से ते टिप्पी लग गई तत्ता लग गया संग त संग त, सस्से ते टिप्पी लग गई पढ़िया जाना सस्से ने की आवाज देनी संग त संग त संत। अगे चलो जंग अगे दंद खंड पंड, दूजी लाइन छंद बंद पिंड टेंड सिंह पंज अंब संघ कन, तीजी लाइन तीजा वर्ड पढ़ रहे हैं कन हिंग विंग सिंह, ए वाला सिंह ते ओ वाला सिंह, सिंह का मतलब आ नाम के पिछे लगन वाला, तो ये जरा सिंह ये मतलब जानवरों के जोड़े सिंह होंगे हॉर्न सुनते हैं उन्होंने। चौथी लाइन पहला वर्ड गन्ना लम्मा रंबा खंबा चंगा गंगा, पांचवी लाइन कंगा छन्ना खंडा मंदा बंदा गंदा। नैक्सट धन्ना सिंह आंब खा पांड चौक, वाह भी वाह, छेवीं लाइन पढ़ रहे हैं आप धन्ना सिंह आंब खा पांड चौक, पांड कहते हैं भी कोई बड़ी सारी पांड बनी जाती आ जिद्द आप बहुत सारिया चीज़ा कट्ठिया करके बनी जाए, जिम्मे मान लो तुम चादर के अपने सारे धोन वाले कपड़े बन दते आ उन्होंने गंढ मार दी बन गई पांड, ठीक है। इस तो अगे कितने पहुँच गए आप किन्ने लाइन से पंजवीं छेवीं कर ली सतवीं लाइन तो रंबा लिया, रंबा की होंगे रंबा गोडी करने वास्ते होंगे, फॉर वीडिंग यू यूज़ अ स्पेड, स्पेड यूज़ करते हैं उन्होंने रंबा कहते हैं, रंबा लिया कंघा रोज़ कर। अगे बहुती खंड ना खा दंद साफ कर, हिंग ना खा 5 किलो आटा लिया, अंब बहुत महंगे हैं महंगे टिप्पी दे, ठीक है। किसे नू मंदा ना बोल, सैकेंड लास्ट ये गन्ना बहुत लम्मा है, मंदा बोलन वाला सब नू बुरा लगता है। चलो जी टिप्पी वाले 3 अखरे शब्दों पर पहुँच गए आप, तुरे चलो प्यारियो आ टिप्पी लगी है 3 अखरे शब्द अंगूर अंग गगे नू दलैंकड़ लगे गू र अंगूर, फिर अगे पढ़ा इतने तुर पिया इधर आ जाओ अंगूर लंगूर संदूक बंदूक सुंदर, दूजी लाइन मंदर अंदर लंगर जंगल मंगल, तीजी लाइन संगल नंगल बंगला जंगला बंगाल, चौथी लाइन जंगाल जंगाल मीन्स रस्ट चंडाल पंडाल बसंत कंबल सुरंग भुजंगी बठिंडा मोरिंडा जंजीर। हाँ जी पेज नंबर 25 25 कहें सब तो उपर टिप्पी वाले 3 अखरे शब्दों की ही चल रही है प्रैक्टिस कंटिन्यू करिए, संतोख सिंह अंगूर खा संदूक खोल आ लल्ले दे पैर च खाहा लगा खोल, ठीक है ओपन द ट्रंक। संगीत सुन दूजी लाइन जंगाल साफ कर, तीजी लाइन संगल ना फड़ मलंग ना बन, मलंग कहते हैं कोई कंगाल जहा हो ना, चौथी लाइन ये बंगला बहुत पुराना है, पंजवीं लाइन ये सुरंग बहुत लम्मी है, छेवीं लाइन गुरु के लंगर की सेवा कर, सतवीं लाइन सुंदर सिंह बंदूक नू संदूक वेच रख, ठीक है चार पाँच री पढ़ना पैना है फिर बननी गल, इधर नहीं वे एक पढ़ के तो गांह तुर पे, ये कोई मंत्र जाप नहीं है भी दवा दवा हो गया, ये तो करना पैना मेहनत नाल टिक के एक एक मात्रा उत्ते टाइम लाना पैना तुहानू। हाँ जी चलो अगे टिप्पी वाले 4 अखरे शब्दों में सब तो उत्ते निरंकार संस्कार अहंकार सतवंत कुलवंत हरबंस गुलकंद सरहंद, तीजी लाइन सतसंग भगवंत हेमकुंट जलंधर, चौथी लाइन गंगसर जंडियाला तलवंडी दसंबर, पंजवीं लाइन समुंदर मूंगफली रंगरेटा बख्शेंद, छेवीं लाइन
सुरेंद्र सिंह। काम चोर ना बन, काम चोर बंदा कौन हुंदा? काम चोर बंदा जिहड़ा काम तों कन्नी कतराए, मतलब काम दसो उहनूं पता मैं काम करना, पहले ही इधर उधर हो जांदा, गुच्छी हो जांदा इधर उधर, ठीक है जी। उहनूं कहिंदे अरे काम चोर बंदा, वी उहनूं कहे काम चोर ना बन। किहड़ी लाइन ते आपां? तीन ते तीन, छेवीं लाइन पढ़ रहे हैं। सतवीं लाइन ते आ जाओ, सैवंथ लाइन। कुलवंत सिंह गुलकंद बहुत ही ना खा। अठवीं लाइन, अपने गुण वेख के अहंकार ना कर। मतलब अगर तुहाडे कोल कोई क्वालिटी आ, इहदा इह मतलब ये नहीं कि तुसीं कहो कि बाकी सारे मूर्ख आ, तुहानूं तुसीं चंगे हो, दुनिया दे परे तो परे लोग पए ने, ठीक है जी। हाँ जी, शाबाश है। मूंगफली खा के पानी ना पी, गला खराब हो जाता। नैक्सट, हरबंस सिंह सरहंद नूं जा। ते लास्ट हैगा, समुंदर दा पानी खारा है, खारा पानी, ਠੀਕ ਆ ਨਾ, ਉਹ ਕੱਪੜੇ ਧੋਣ ਦੇ ਕੰਮ ਆਉਂਦਾ, ਨਾ ਪੀਣ ਦੇ ਕੰਮ ਆਉਂਦਾ, ਨਾ ਤੁਸੀਂ ਉਹ 'ਚ ਨਹਾ ਸਕਦੇ ਹੋ, ਠੀਕ ਆ। ਪੇਜ ਨੰਬਰ 26, ਚਾਰ ਅੱਖਰੇ ਸ਼ਬਦ ਚੱਲ ਰਹੇ ਨੇ ਅਜੇ ਤੱਕ। ਸਭ ਤੋਂ ਉੱਪਰ ਵਾਲੀ ਲਾਈਨ, ਪਰਮੇਸ਼ਰ ਸਭ ਦਾ ਬਖਸ਼ਿੰਦ ਹੈ। ਦੂਜੀ ਲਾਈਨ, ਸਤਵੰਤ ਸਿੰਘ ਨਿਰੰਕਾਰ ਨੂੰ ਸਦਾ ਯਾਦ ਕਰ। ਤੀਜੀ ਲਾਈਨ, ਅੰਗਰੇਜ਼ਾਂ ਨੇ ਗੰਗਸਰ ਜੈਤੋਂ ਬਹੁਤ ਸਿੰਘ ਸ਼ਹੀਦ ਕੀਤੇ ਸਨ। ਅਗਲੀ ਲਾਈਨ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਅਸਥਾਨ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿੱਚ ਹੈ। ਪਾਠ ਨੰਬਰ 16 ਸ਼ੁਰੂ ਹੋਣ ਲੱਗਾ ਆ, ਠੀਕ ਆ। ਬਿੰਦੀ ਵਾਲੇ ਸ਼ਬਦ, ਬਿੰਦੀ ਔਰ ਟਿੱਪੀ 'ਚ ਥੋੜ੍ਹਾ ਜਿਹਾ ਫਰਕ ਹੈ। ਆਹ ਦੇਖੋ ਬਿੰਦੀ ਕਿਵੇਂ ਲਿਖੀ ਜਾਂਦੀ ਹੈ। ਬਿੰਦੀ ਜਿਹੜੀ ਆ ਉਹ ਜਿੱਦਾਂ ਕੱਕੇ ਨੂੰ ਲੱਗ ਗਿਆ ਕੰਨਾ, ਅਤੇ ਬਣ ਗਈ ਆਵਾਜ਼ ਕਾ, ਪਰ ਉੱਤੇ ਬਿੰਦੀ ਲੱਗ ਗਈ ਤਾਂ ਕੀ ਬਣ ਗਈ? ਕਾਂ, ਕਾਂ, ਠੀਕ ਆ। ਇੱਦਾਂ ਜਿੱਦਾਂ ਮੈਂ ਪੁੱਛਿਆ ਠੀਕ ਆ, ਤੁਸੀਂ ਕਿਹਾ ਹਾਂ ਜੀ ਜਾਂ ਹਾਂ ਕਹਿੰਦੇ ਹੋ, ਅਤੇ ਹਾਹੇ ਨੂੰ ਕੰਨਾ ਹਾ, ਉੱਤੇ ਲੱਗ ਗਈ ਬਿੰਦੀ, ਕੀ ਬਣ ਗਿਆ? ਹਾਂ, ਠੀਕ ਹੈ ਜੀ। ਓਕੇ, ਹੁਣ ਬਿੰਦੀ ਵਾਲੇ ਸ਼ਬਦਾਂ ਦੀ ਪ੍ਰੈਕਟਿਸ ਕਰ ਲਓ। ਬਿੰਦੀ ਵਾਲੇ ਦੋ ਅੱਖਰੇ ਸ਼ਬਦ ਆ ਗਿਆ ਆਪਾਂ ਇੱਥੇ, ਠੀਕ ਆ। ਬੱਬੇ ਨੂੰ ਕੰਨਾ, ਉੱਤੇ ਬਿੰਦੀ, ਬਾਂਸ, ਬਾਂਸ ਮੀਨਸ ਬੈਂਬੂ, ਬਾਂਸ। ਦੂਜੀ ਲਾਈਨ, ਆਪਾਂ ਥਰਡ ਪੈਰਾਗ੍ਰਾਫ 'ਤੇ ਪਹਿਲੀ ਲਾਈਨ ਪੜ੍ਹ ਰਹੇ ਹਾਂ। ਥਰਡ ਪੈਰਾਗ੍ਰਾਫ, ਬਿੰਦੀ ਵਾਲੇ ਦੋ ਅੱਖਰੇ ਸ਼ਬਦ, ਉਹਦੇ ਵਿੱਚ ਫਸਟ ਲਾਈਨ ਦਾ ਦੂਸਰਾ ਵਰਡ ਹੈ ਡਾਂਗ, ਸਾਂਗ, ਮਾਵਾਂ, ਸਾਵਾਂ, ਟਾਵਾਂ। ਦੂਜੀ ਲਾਈਨ, ਭਾਂਡਾ, ਟਾਂਡਾ, ਬਾਂ, ਮਾਂ, ਮੀਂਹ, ਨੀਂਦ। ਤੀਜੀ ਲਾਈਨ, ਪੀਂਗ, ਸਾਈਂ, ਕਾਂਸੀ, ਊਂਗ, ਗੇਂਦ, ਦਹੀਂ। ਚੌਥੀ ਲਾਈਨ, ਸੇਂਜੀ, ਹਾਂਡੀ, ਪੇਂਜਾ, ਗੇਂਦਾ, ਕੈਂਚੀ, ਬੈਂਤ। ਨੈਕਸਟ, ਪੰਜਵੀਂ ਲਾਈਨ, ਪੈਂਦ, ਦੈਂਤ, ਲੌਂਗ, ਸੌਂਫ, ਚੌਦਾਂ, ਸੌਣਾ। ਹੁਣ ਆਪਾਂ ਚਲੀਏ, ਹਾਂਜੀ ਆਪਾਂ ਆ ਗਏ ਪੇਜ ਨੰਬਰ 27, 27 ਨੰਬਰ ਪੇਜ 'ਤੇ। 27 ਕਹਿੰਦੇ ਹਾਂ ਮਤਲਬ 27, ਬਿੰਦੀ ਵਾਲਿਆਂ ਦੀ ਹੀ ਪ੍ਰੈਕਟਿਸ ਆ। 26, 26 ਤੋਂ ਬਾਅਦ 27, ਹਾਂਜੀ ਇੱਥੇ ਆ ਜਾਓ। 27 'ਤੇ ਪਹੁੰਚ ਗਏ, ਨੰਦ ਸਿੰਘ ਡਾਂਗ ਲਿਆ, ਭਾਂਡੇ ਧੋ, ਸੌਂਫ ਖਾ। ਦੂਜੀ ਲਾਈਨ, ਪੀਂਘ ਝੂਟ ਲੈ, ਝੂਟ ਲੈ ਮਤਲਬ ਪੀਂਘ ਝੂਟ ਲੈ, ਪੀਂਘ ਜਿਹੜਾ ਆਪਾਂ ਸਵਿੰਗ ਜਿਹਨੂੰ ਝੂਲਾ ਕਹਿੰਦੇ ਹਾਂ, ਪੀਂਘ, ਅਤੇ ਉਹਦੇ 'ਚ ਝੂਟੇ ਲੈਣੇ, ਠੀਕ ਆ ਜੀ। ਬਾਂਹ ਨਾ ਹਿਲਾ। ਤੀਜੀ ਲਾਈਨ, ਬੈਂਤ ਨਾ ਮਾਰ, ਚੰਗੀ ਡਾਂਗ ਲਿਆ। ਚੌਥਾ, ਚੌਥੀ ਲਾਈਨ, ਗੇਂਦ ਬਹੁਤਾ ਸਮਾਂ ਨਾ ਖੇਡ, ਗੇਂਦ ਮਤਲਬ ਬਾਲ। ਲੌਂਗ ਬਹੁਤ ਮਹਿੰਗੇ ਹਨ, ਕਿਸੇ ਦੀ ਸਾਂਗ ਨਾ ਲਾ। ਕਿਸੇ ਦੀ ਸਾਂਗ ਮਤਲਬ ਕਿਸੇ ਨੂੰ ਕਾਪੀ ਕਰਨਾ, ਉਹਨੂੰ ਮਤਲਬ ਇਰੀਟੇਟ ਕਰੀ ਜਾਣਾ, ਕੋਈ ਬੰਦਾ ਬੋਲ ਰਿਹਾ ਤੁਸੀਂ ਇਰੀਟੇਟ ਕਰਨ ਵਾਸਤੇ ਕਾਪੀ ਕਰੀ ਜਾਓ। ਮੇਰੀ ਕਾਪੀ ਕਰ ਸਕਦੇ, ਮੈਂ ਨਹੀਂ ਇਰੀਟੇਟ ਹੁੰਦਾ ਕਿਉਂਕਿ ਇੱਥੇ ਜੋ ਮੈਂ ਬੋਲ ਰਿਹਾ ਇਹਨੂੰ ਕਾਪੀ ਕਰੋ, ਕਾਪੀ ਐਂਡ ਪੇਸਟ ਇਨ ਯੋਰ ਬ੍ਰੇਨ ਐਂਡ ਡੂ ਅਗੇਨ ਐਂਡ ਅਗੇਨ ਐਂਡ ਯੂ ਕੈਨ ਲਰਨ। ਸਮਝਣਾ ਵੀ ਬੜੀ ਜ਼ਰੂਰੀ ਹੈ। ਚਲੋ, ਕਿਸੇ ਦੀ ਸਾਂਗ ਨਾ ਲਾ। ਪੈਰਾਗ੍ਰਾਫ ਪਹਿਲੇ ਦੀ ਲਾਸਟ ਲਾਈਨ, ਕੈਂਚੀ ਨਾਲ ਚੀਜ਼ਾਂ ਕੱਟ ਕੇ ਖਰਾਬ ਨਾ ਕਰ। ਕੈਂਚੀ ਨਾਲ ਇਹ ਨਹੀਂ ਵੀ ਹੁਣ ਕਿਤੇ ਪਿਆ ਕੋਈ ਕੱਪੜਾ ਹੀ ਕੱਟ ਦੇਣਾ ਫੜ ਕੇ, ਵਾਧੂ ਕੱਟ ਵਾਧੂ ਨਹੀਂ ਤਾਂ ਕੰਮ ਦਾ ਹੀ ਹੋਵੇ ਭਾਵੇਂ। ਚਲੋ ਕੋਈ ਨਹੀਂ, ਫਿਰ ਬੇਬੇ ਆਪੇ ਛਡਾ ਲੂ। ਆਪਾਂ ਪਹੁੰਚ ਗਏ ਪੈਰਾਗ੍ਰਾਫ ਦੂਸਰਾ, ਜਿਹਦੇ ਵਿੱਚ ਆ ਗਏ ਬਿੰਦੀ ਵਾਲੇ ਤਿੰਨ ਅੱਖਰੇ ਸ਼ਬਦ। ਜਿਹੜਾ ਡਾਰਕ ਟਾਈਟਲ ਦਿੱਤਾ ਹੋਇਆ ਆ ਉਹਦੇ ਵਿੱਚ ਤਿੰਨ ਅੱਖਰੇ ਸ਼ਬਦ ਆ, ਉਹਨੂੰ ਪਹਿਲੇ ਨੂੰ ਕੀ ਪੜ੍ਹਨਾ? ਨੰਨੇ ਨੂੰ ਬਿਹਾਰੀ, ਬਿੰਦੀ, ਨੀ ਦਰ, ਨੀਂਦਰ, ਮੈਨੂੰ ਨੀਂਦਰ ਆਈ ਹੈ ਜਿੱਦਾਂ ਆਪਾਂ ਕਹਿੰਦੇ ਨੀਂਦਰ। ਦੂਜਾ ਵਰਡ ਬਾਂਦਰ, ਤੀਜਾ ਉਂਗਲ, ਜ਼ਬਾਨ, ਛਲਾਂਗ। ਦੂਜੀ ਲਾਈਨ, ਅਗਾਂਹ, ਇਕਾਂਤ, ਗੁਆਂਢ,
सड़ांद, कांगड़ा, कांगड़ा शहर का नाम इंडिया चा, बरांडा, तीजी लाइन चल रहे हैं आप, बरांडा, सांवला, बांदरी, लांगरी, किताबा, चौथी लाइन गरीबा, 18, ढिलवां, ढिलवां शहर है साढ़े लागे ही आ, साड़ी किताब च पाया पर मैं नहीं किताब लिखी पई, उन्होंने साढ़े शहर का नाम पाता, साढ़े लागे आ ढिलवां। सतवां गुसाई, पंजवीं लाइन नांदेड़, नांदेड़ हजूर साहब। परसों सरसों, बताऊं डांगरी, अगली लाइन बांदर नू ना छेड़, मैनू नींदर आई है, सौ जाओ भाई मैनू नींदर आ गई है, ये लाइन ना ही पढ़े उन्हें तो नींद आई नहीं, पंजाबी पढ़ते हैं मैं ना कहो। अगे चलो, परसों पहली तरीक है, उसकी उंगल खराब है, तो लास्ट ये आ गई आ एकांत विच बैठ के नाम जाप, ते अगे पहुँच के बिंदी वाले चार खरे शब्द, चार खरे शब्द पढ़ के ते फिर अगों अगे तुरना। सिरहाणा, आ पहुँच गए अपन थले हाँ इत्थे, ठीक है, सिरहाणा पहला वर्ड, सिरहाणा। दूजा सिठणियाँ, किधर तुर गया सॉरी, कदे कदे इधर उधर हो जाता फोन दी सैटिंग। सिठणियाँ, जमांदरू, आ पढ़ रहे हैं इत्थे, ठीक है, सेंटर च आ गया, जमांदरू, जमांदरू, ठीक है, जन्म तो ही। वटांदरा, वटांदरा, हुण आ गए आपां लास्ट अखीरली लाइन ते, जमांदार, रामायण, नागालैंड, राजा सांसी। पेज नंबर 28, 28 नंबर पेज ते पहुँच गए, चार खरे शब्द बिंदी वाले। महानदी, सब तो उत्ते, महाबली, बारांदरी, डावांडोल, जहांगीर, संगरांद, फरलांग, जगराओं, तीजी लाइन परछावां, 95, 95 होंदा 95, 95, 98, 98 होंदा 98, अफरेवां, अफरेवां होंदा जिहड़ा बंदा बहुते पकौड़े खाई जाए रात नूं सवेर नूं उठ के कहे मेरा ढिड अफर गया ना, अफरेवां। चौथी लाइन भीम सैन, दुआबर दा महाबली सी, चलो गां तुरो। पंजवीं लाइन शेरे पंजाब दी बारांदरी लाहौर विच है, शेरे पंजाब महाराजा रणजीत सिंह। अगली लाइन 8 फरलांग दा 1 मील हुंदा है, चलो जी अगे, 1 साल विच 12 संगरांदां आउंदियां हन, ठीक है जी। आपां चल गए हैं किन्ने नंबर लाइन ते, 1 2 3 4 5 6 7, हुण आपां 8वीं लाइन पढ़ रहे हैं। बहुती गरीबी वेख के डावां डोल ना हो, डावां डोल होना की हुंदा, डावां डोल हो गया बंदा मतलब डोल गया कोई बंदा, डिप्रैसड हो गया भी कोई बंदा, दिल छड गया, उन्हें कहिंदे डावां डोल हो गया, डावां डोल ना हो। वाहिगुरु जी का नाम जप, अगली लाइन लुधियाने ज़िले दियाँ, ज़िले दियाँ 3 तहसीलों विचों 1 तहसील जगराओं है। तो अखीरली लाइन ये जहांगीर ने चंदू पापी नूं श्री गुरु हरगोबिंद साहिब जी दे हवाले किया सी, ठीक है जी, हिस्टरी नाल रिलेटड आ। अगे थले आ गया डार्क लाइन जिहड़ी लिखी है, की लिखी हुई आ तुसीं पढ़ सकते हो जे पिछे पढ़ाई चंगी तरह करके आए हो, तो इन्हां शब्दों विच टिप्पी ते बिंदी, बिंदी दी आवाज़ नाल अद्धे नन्ने दी आवाज़ दिंदी है, चलो थले प्रैक्टिस करो आपे समझ जाओगे की कहिंदे पए ने। सब तो उत्ते धुंद, संत, दंद, खंड। दूजी लाइन पंड, पिंड, टिंड, पंज, गन्ना, खंडा, मंदा, बंदा। लास्ट लाइन गंदा, बंदूक, संदूक, सुंदर। पेज नंबर 29, 29 नंबर पेज पहुँच गए, मंदर, अंदर, बंसरी, बठिंडा, मोरिंडा, जंजीर, आनंद, सतवंत, कुलवंत, गुलकंद, सरहंद, भगवंत, हेमकुंट, जलंधर, जंडियाला, तलवंडी, समुंदर, भांडे, भांडा। शांति, शांति लिखा शांति, सस्से पैर बिंदी लाओ तो फिर बनना शांति। बैंड, टांडा, टींडे, नींदर, बांदर, बांदरी, जमांदरू, कमांडर, लेंटर, इंग्लैंड। पॉज कर करके वेखी जाओ भाई। अगे डार्क लाइन की लिखी है इतने, इन्हां शब्दों विच टिप्पी ते बिंदी, बिंदी दी आवाज़ नाल अद्धे मम्मे की आवाज़ दिंदी है, अद्धे मम्मे की आवाज़ आनी जदों आपां नूं
प्रोनाउंस करते हैं, जिदा अंब, अम 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 अम, वो विच अद्धे मम्मी की आवाज़ आनी है, अंब। ठीक है, कितने पढ़ रहे हैं? आ पढ़ रहे हैं, एडे नू टिपी बब्बा, अंब। नैक्सट नाल के लिखा खंभ, लंबा रंबा, खुम्बा खुम्बा, बां गणा बा नहीं गणा, खुम्बा कंबल, अरंभ अंबर, तीजी लाइन दसंबर, सुअंबर संपूर्ण, दिगंबर चौथी लाइन, लैंप शिम्बा कैंप, तांबा सैंपल पीतांबर। ते अगे थले डार्क लाइन च की लिखा, इन्हां शब्दां विच टिप्पी ते बिंदी बिंदी दी आवाज़ नाल अद्धे ङे दी आवाज़ दिंदी है। चलो हुणे देखदे हां, जिद्दां सब तो पहला वर्ड आ हिंग, आ दिता हिंग। ठीक आ, वेंग अंग, ओ अंग अंग दी आवाज़ आउंदी विच, उहनूं कह रहे ने वेंग। तीजा सिंग, चौथा चंगा, अखीरली लाइन लास्ट ते आ गए गंगा कंगा, अंगूर लंगूर। चलो जी वीडियो अद्धे घंटे तो उत्ते हो गई, कोई नहीं हुण नबेड़ के हटते हैं। 30 नंबर पेज ते आ के ये आ गई टिप्पी। ठीक है जी, टिप्पी नूं लिखा किदां जांदा, आ लिखा टिप्पी, आ आया टिप्पी, जदों किसे अक्षर दे उत्ते लग जांदी आ ते ए उल्टी लगदी, जिदां पतीली सीधी रखी दी चाह बनाउण नूं। ठीक आ, आ रखी आ ये चच्चे दे उत्ते लग गई, ये कितें भी लगनी आ ते इन्हें उहनूं हैवी कर देना आ, इन्हां नूं ना उहदी पहलां इत्थे बुक दे विच शॉर्ट दे विच ही कम नबेड़िया होया, मैं तुहानूं इत्थे दस दिंदा आ, बाकी ना समझ लगी क्लास च आ जाइओ जे टाइम कढ के। बई वैसे तां रोज़ क्लास जिहड़ी आलमोस्ट लग ही रही आ, सिर्फ मंडे और थर्सडे नूं छड्ड के हुण आपां बंद कीती आ, ते बाकी तां रोज़ लग ही रही आ, रोज़ 4 तों 5, 3:30 3:15 वी आ जांदे आ, ते 3:30 वी आ जांदे न्याणे, ते उदां वैसे सैटरडे संडे 12 बजे रोज़, सॉरी सैटरडे संडे 12 बजे, ते आओ उहदे विच आपां ये चीज़ां करांगे। बाकी दियां अद्धक जिथे भी लगती आ उस वर्ड नूं हैवी कर दिंदी आ, जिदा मान लो आ लिखिया तुहाडे सामने, आ लिखिया मम्मे उत्ते अद्धक लगी आ, कक्के उत्ते बिहारी लगी आ। ठीक आ, इहनूं लिखणा भी सिखणा है ना, तुसीं अद्धक लिखण लग्गे हुण मम्मे दा जिथे उपर सिर खाला उहदे उत्ते खाली उहदे उत्ते रख दिओ, रख दिओ फिर पतीली विच डिग पैणी सर, मतलब कि जिद्दां इत्थे लिखी आ अद्धक जिथे लिखी आ एग्जैक्टली इदां ही तुसीं आप लिखण दी प्रैक्टिस भी करनी आ। ये लिखिया होया आ मक्की, मक्की मक्की की आ कॉर्न। ठीक आ, जदों आप खाने कॉर्न नहीं खाते तो उन्होंने कहते मक्की, मक्की दे आटे दियां बनदियां रोटियां ना, ये उही मक्की आ। पर जे अद्धक ना लगी होवे ते मम्मा कक्के नूं प्यारी तो की बन गया मकी, ते मकी कोई वर्ड नहीं है, इनू की लिखना मक्की। एक गल याद रखो पूरे गुरु ग्रंथ साहिब च अद्धक नहीं लगी हुई तो, पर प्रोनाउंसिएशन जरूर यूज़ किया जाता उत्थे भी। खैर मक्की, हुण आपां इहनूं देखिए पूरे वर्ड्स पढ़ पढ़ के देखते हैं, सब तो उपर तो शुरू करते हैं। सब तो पहला वर्ड आ चक्की, दूजा मक्की, तीजा हट्टी, हट्टी मीनस छोटी जी छोटी छोटी दुकाना जिहड़ी होंदियां सी पिंडां च उहनूं आपां हट्टी कहिंदे हुंदे सी। तत्ती, तत्ती मीनस कोई चाह तत्ती है, वो चाह तत्ती काका रुक जा, चाह तत्ती है पुत्र जी, चाह तत्ती है रुक जाओ। खट्टी, खट्टी मीनस बई चीज़ एक चीज़ खट्टी है ना स्वाद, जां आपां कहीए इमली खट्टी हुंदी। वछी, वछी गां दी वछी हुंदी आ जां वछा हुंदा। हथी दूजी लाइन, हथी टुट्टी, भुख दुख, लड्डू डड्डू तीजी लाइन, जग्गा सिंह सच बोल लड्डू खा, मठी लिया चौथी लाइन, मठी लिया हाथ साफ कर, हट्टी खुली है पंजवीं लाइन, रब सब दा मालक है कद्दू दी सब्जी बना। ते अगे रात नूं रुख थले ना सौ, किन्ने नंबर लाइन ते आ, 6 नंबर लाइन ते आ, रात नूं रुख थले ना सौ, मिसप्रिंट होया दिसदा पिया आ तत्ता आ। ठीक है, थोड़ा जिहा इत्थे इन्हां ने सही नहीं प्रिंट होया, कितें कितें हो जाता मशीनां खराबी कर देंदियां। रात, रात तत्ता लिखा, रात नूं रुख थले ना सौ, रुख मतलब किसे रुख थले, रुख दे थले ना सौ, क्योंकि रात नूं रुख ऑक्सीजन नहीं दिंदे, कार्बन डाइऑक्साइड छड्डदे आ। चलो नैक्सट लाइन, रस्सा ना खिच, इत्थे मिसप्रिंट होया आ, नहीं ਇਹ ਬਿਹਾਰੀ ਹੋਏਗੀ ਪੱਕਾ, ਕਿਉਂਕਿ ਕੰਨਾ ਜਿਹੜਾ ਆ ਉਹ ਸੱਸੇ ਦੇ ਬਰਾਬਰ ਨਹੀਂ ਸੀ ਹੋਣਾ, ਇਹ ਬਿਹਾਰੀ ਆ ਜਿਹੜੀ ਪ੍ਰਿੰਟ ਨਹੀਂ ਹੋ ਸਕੀ। ਤੁਸੀਂ ਆਪ ਇਹਨੂੰ ਯਾਦ ਰੱਖਿਓ ਜਾਂ ਪੇਪਰ ਉੱਤੇ ਲਿਖ ਲਿਓ ਜੇ, ਆਪਣੇ ਵੱਖਰੀ ਪ੍ਰੈਕਟਿਸ ਕਰ ਲਿਓ ਜੇ। ਮੈਂ ਵੀ ਕਿਉਂਕਿ ਫੋਟੋ ਬੁੱਕਸ ਤੋਂ ਖਿੱਚ ਖਿੱਚ ਕੇ ਫੋਨ 'ਚ ਪਾ ਲਈਆਂ ਸੀ, ਉੱਥੋਂ ਰਿਕਾਰਡਿੰਗ ਕਰੀ ਜਾ ਰਿਹਾ ਹੁਣ। ਰੱਸੀ,
ਰੱਸੀ ਇਹਨੂੰ ਬਿਹਾਰੀ ਲਾ ਦਿਓ ਸੱਸੇ ਨੂੰ, ਠੀਕ ਆ ਜੀ। ਇਹ ਪੜ੍ਹਨਾ, ਰੱਸੀ ਨਾ ਖਿੱਚ, ਠੀਕ ਆ, ਚੁੱਕ ਕੇ ਲਿਆ, ਅੱਗੇ ਕੀ ਆ, ਟੁੱਟੀ ਭੱਜੀ ਚੀਜ਼ ਨਾ ਫੜ। ਟੁੱਟੀ ਭੱਜੀ ਚੀਜ਼ ਮੈਂ ਐਵੇਂ ਟੁੱਟਾ ਭੱਜਾ, ਕੋਈ ਕੱਚ ਪਿਆ, ਕੋਈ ਲੋਹਾ ਪਿਆ, ਕੋਈ ਪਲਾਸਟਿਕ ਪਿਆ, ਤੁਸੀਂ ਉਹਨੂੰ ਚੱਕ ਕੇ ਹੱਥ 'ਚ ਫੜੀ ਹੋਵੇ, ਹੈਂ, ਕੋਈ ਚੀਜ਼ ਵੱਜੂ। ਕਿੰਨੇ ਨੰਬਰ ਲਾਈਨ 'ਤੇ ਪੜ੍ਹ ਰਹੇ ਆਪਾਂ, ਗਿਣ ਕੇ ਆ ਜਾਓ ਵਾਪਸ ਥੱਲੇ। 1, 2, 3, 4, 5, 6, 7, 8, 8ਵੀਂ ਲਾਈਨ 'ਤੇ। ਟੁੱਟੀ ਭੱਜੀ, ਟੁੱਟੀ ਭੱਜੀ ਵੀ ਟੁੱਟੀ ਭੱਜੀ ਚੀਜ਼ ਬਈ, ਜਿਹੜੀ ਐਵੇਂ ਖਰਾਬ ਪਈ ਆ, ਟੁੱਟ ਗਈ ਆ, ਜਿਵੇਂ ਟੁੱਟ ਗਈ ਕੋਈ ਚੀਜ਼, ਉਹ ਪਈ, ਉਹਨੂੰ ਕਹਿੰਦੇ ਟੁੱਟੀ ਭੱਜੀ ਚੀਜ਼ ਨਾ ਫੜ। ਰਿੱਛ ਦੇ ਲਾਗੇ ਨਾ ਜਾ, ਰਿੱਛ, ਬੇਅਰ, BEAR, ਬੇਅਰ। ਆਈ ਨੋ ਯੋਰ ਐਕਸੈਂਟ ਆਫ ਪੰਜਾਬੀ ਸਪੀਕਿੰਗ ਇਜ਼ ਬੈਟਰ, ਮੈਂ ਤਾਂ ਗੁਜ਼ਾਰੇ ਜੋਗਾ ਤੁਹਾਡੇ ਵਾਸਤੇ ਕਰਦਾ ਪਿਆ, ਠੀਕ ਆ। ਰਿੱਛ, ਬੇਅਰ ਕਹਿੰਦੇ ਆ, BEAR, ਬੇਅਰ ਮਤਲਬ ਰਿੱਛ, ਰਿੱਛ ਦੇ ਲਾਗੇ ਨਾ ਜਾ, ਵੀ ਉਹਨੇ ਕੀ ਕਰਨਾ, ਉਹ ਕੁਤਕੁਤਾਣੀਆਂ ਨਹੀਂ ਕੱਢਦਾ, ਨਮਦਰਾ ਹੀ ਮਾਰਦਾ ਉਹ। ਚਲੋ ਅੱਗੇ, ਸਿੱਖੀ ਖੰਡੇ ਤੋਂ ਵੀ ਤਿੱਖੀ ਹੈ, ਅਤੇ ਲਾਸਟ ਲਾਈਨ ਪਹਿਲੇ ਪੈਰਾਗ੍ਰਾਫ ਦੀ, ਭੁੱਖ ਦਾ ਦੁੱਖ ਬਹੁਤ ਡਾਢਾ ਹੁੰਦਾ ਹੈ। ਡਾਢਾ ਮੀਨਸ ਬਹੁਤ ਜ਼ਿਆਦਾ, ਠੀਕ ਆ, ਉਹਨੂੰ ਕਹਿੰਦੇ ਬਹੁਤ ਡਾਢਾ ਹੁੰਦਾ ਹੈ। ਅੱਧਕ ਵਾਲੇ 3 ਅੱਖਰੇ ਸ਼ਬਦ, ਪਿਆਸ ਲੱਗ ਗਈ ਹੈ, ਅਤੇ ਕੋਈ ਨਹੀਂ, 36 ਮਿੰਟ ਹੋ ਗਏ ਨੇ, 10 ਕੁ ਮਿੰਟ ਦੀ ਹੋਰ ਹੋ ਜਾਣੀ ਆ, ਫਿਰ ਇਕੱਠੀ ਇੱਕ ਵਾਰ ਨਿਬੜਾਂਗੇ, ਕੰਮ ਨਿਬੇੜ ਦੇਣਾ ਹੋਣਾ ਇਸੇ 'ਚ। ਅੱਧਕ ਵਾਲੇ 3 ਅੱਖਰੇ ਸ਼ਬਦ, ਇਹਦੇ ਵਿੱਚ ਕੀ ਆ, ਤਿੱਤਰ, ਮਿੱਤਰ, ਚਿੱਤਰ, ਕਿੱਕਰ, ਗਿੱਦੜ, ਫਿਰ ਇੱਜ਼ਤ, ਛੱਪੜ, ਅੱਖਰ, ਕੱਤਕ, ਖੱਦਰ, ਤੀਜੀ ਲਾਈਨ, ਚੱਕਰ, ਪੱਥਰ, ਕੱਲਰ, ਮੱਛਰ, ਝੱਖੜ, ਚੌਥੀ ਲਾਈਨ, ਟੱਬਰ, ਲੱਛਣ, ਮੱਖਣ, ਦੱਖਣ, ਮੁਨੱਕਾ, ਪੰਜਵੀਂ ਲਾਈਨ, ਪੱਤਰੀ, ਮਲੱਠੀ, ਪੁੱਤਰ, ਕੁੱਲਰ, ਕੁੱਕੜ, ਨੈਕਸਟ ਸੱਜਣ ਸਿੰਘ ਚਿੱਤਰ ਬਣਾ, ਮੱਖਣ ਖਾ, ਮੁਨੱਕਾ ਲਿਆ, ਮਲੱਠੀ ਮਿੱਠੀ ਹੈ, ਮਿੱਤਰ ਨਾਲ ਪ੍ਰੇਮ ਕਰ, ਪੱਤਰੀ ਤਿੱਖੀ ਹੈ ਨਾ ਫੜ। ਪੱਤਰੀ ਤਿੱਖੀ ਹੈ ਨਾ ਫੜ, ਵੀ ਲੋਹੇ ਦੀ ਕੋਈ, ਲੋਹੇ ਦਾ ਬਲੇਡ ਵਾਂਗੂ ਕੋਈ ਚੀਜ਼ ਪਈ ਹੋਵੇ ਨਾ, ਬਲੇਡ ਵਾਂਗੂ ਤਿੱਖੀ, ਉਹਨੂੰ ਕਹਿੰਦੇ ਹੋ ਪੱਤਰੀ ਆ, ਤਿੱਖੀ ਆ। 31 ਨੰਬਰ ਪੇਜ 'ਤੇ ਚਲੀਏ, 31, ਪੇਜ ਨੰਬਰ 31, ਸਭ ਤੋਂ ਉੱਤੇ ਆ ਗਿਆ, ਲੰਗਰ, ਜੰਗਲ, ਮੰਗਲ, ਬੰਗਲਾ, ਦੂਜੀ ਲਾਈਨ, ਜੰਗਲਾ, ਜੰਗਾਲ, ਮਲੰਗ, ਭੁਜੰਗੀ, ਤੀਜੀ ਲਾਈਨ, ਡੰਗੋਰੀ, ਰੈਂਕ, ਬੈਂਕ, ਔਂਕੜ, ਚੌਥੀ ਲਾਈਨ, ਉਂਗਲ, ਲਾਂਗਰੀ, ਕਾਂਗੜਾ, ਜਾਂਗਲਾ। ਅੱਗੇ ਇਹਨਾਂ ਸ਼ਬਦਾਂ ਵਿੱਚ ਸੱਸਾ ਅੱਧੇ ਸੱਸੇ ਦੀ ਆਵਾਜ਼ ਦਿੰਦਾ ਹੈ, ਠੀਕ ਹੈ, ਅੱਧੇ ਸੱਸੇ ਦੀ ਆਵਾਜ਼ ਆਪੇ ਦੇਣ ਲੱਗ ਪੈਂਦਾ, ਕਿਉਂਕਿ ਉਹਦਾ ਉਚਾਰਨ ਹੀ ਕੁਛ ਇਸ ਤਰ੍ਹਾਂ ਦਾ ਆ। ਹੁਣ ਇਹ ਨਾ ਪੁੱਛਿਓ ਇੱਦਾਂ ਕਿਉਂ ਬਈ, ਇਹ ਇੱਦਾਂ ਕਿਉਂ ਹੁੰਦਾ, ਕਿਤੇ ਅੱਖਰ ਵੱਧ ਜਾਂਦਾ, ਕਿਤੇ ਘੱਟ ਜਾਂਦਾ। ਅਤੇ ਜਿੱਦਾਂ ਮੈਂ ਤੁਹਾਨੂੰ ਪੁੱਛਾਂ ਵੀ ਤੁਸੀਂ ਅੰਗਰੇਜ਼ੀ ਬੋਲਣ ਵਾਲੇ ਹੋ, ਜੇ ਤੁਸੀਂ ਕਹੋ ਵੀ KNOW, ਮੈਂ ਉਹਨੂੰ ਪੜ੍ਹਾਂ ਕਨੋ, ਤੁਸੀਂ ਕਹੋਗੇ ਨਾ ਭਾਈ ਇਹਨੂੰ ਨੋ ਪੜ੍ਹਨਾ ਆ, ਅਤੇ ਫਿਰ ਮੈਂ ਕਹਾਂ ਕੇ ਨਹੀਂ ਪੜ੍ਹਦੇ, ਉਹ ਕੇ ਵਿੱਚ ਸਾਇਲੈਂਟ ਹੈ, ਉਹ ਰੁੱਸ ਕੇ ਬੈਠੀ ਆ, ਬੋਲਦੀ ਨਹੀਂ ਉਹ ਕਿਸੇ ਨਾਲ, ਉੱਥੇ ਜਾ ਕੇ ਰੁੱਸ ਜਾਂਦੀ ਹੈ। ਹਾਂ, ਮੂਡ ਖਰਾਬ ਸੀ ਉਹਦਾ, ਇੱਥੇ ਇੱਦਾਂ ਹੀ ਸੱਸਾ ਥੋੜ੍ਹਾ ਜਿਹਾ ਚੁੱਪ ਕਰ ਜਾਂਦਾ, ਕਦੇ ਕਦੇ ਬੰਦੇ ਦਾ ਮੂਡ ਖਰਾਬ ਹੁੰਦਾ, ਫਿਰ ਘੱਟ ਬੋਲਦਾ ਹੁੰਦਾ, ਠੀਕ ਆ, ਇਸ ਕਰਕੇ ਇੱਥੇ ਸੱਸਾ ਘੱਟ ਬੋਲਦਾ ਪਿਆ। ਮੰਮਾ ਸੱਸਾ ਤੱਤਾ, ਇਹਨੂੰ ਪੜ੍ਹਨਾ ਮਸਤ, ਮਸਤ, ਠੀਕ ਆ, ਇੱਥੇ ਪੜ੍ਹ ਰਹੇ ਹਾਂ, ਆਹ ਵਾਲਾ ਮਸਤ। ਨੈਕਸਟ ਕਸ਼ਟ, ਵੈਸੇ ਇਹਦੇ ਥੱਲੇ ਕਸ਼ਟ, ਸੱਸੇ ਪੈਰ ਬਿੰਦੀ ਲੱਗਣੀ ਸੀ, ਕਸ਼ਟ। ਅੱਗੇ ਆ ਅਸ਼ਟ, ਤੀਜਾ ਗਸ਼ਤ, ਗਸ਼ਤ ਹੁੰਦਾ ਆ ਪੈਟਰੋਲਿੰਗ ਕਰਦੀ ਹੈ ਜਦੋਂ ਪੁਲਿਸ, ਪੈਟਰੋਲਿੰਗ ਪਤਾ ਨਾ, ਪੁਲਿਸ ਪੈਟਰੋਲਿੰਗ ਕਰਦੀ, ਉਹਨੂੰ ਕਹਿੰਦੇ ਗਸ਼ਤ ਕਰਨਾ, ਇੱਥੇ ਸੱਸੇ ਪੈਰ ਬਿੰਦੀ ਨਹੀਂ ਲਾਈ ਇਹਨਾਂ ਨੇ, ਕੋਈ ਨਹੀਂ, ਤੁਸੀਂ ਆਪ ਲਾ ਲਿਓ। ਪਸਤਾ, ਦੂਜੀ ਲਾਈਨ, ਰਸਤਾ, ਸਸਤਾ, ਚਸਕਾ, ਤੀਜੀ ਲਾਈਨ, ਇਸ਼ਟ, ਬਿਸ਼ਟ, ਬਿਸ਼ਟ, ਠੀਕ ਆ, ਬਿਸ਼ਟ, ਬਿਸ਼ਟ, ਦੋ ਅੱਖਰ ਨੇ ਤੀਜੀ ਲਾਈਨ ਵਿੱਚ, ਦੂਸਰਾ ਅਤੇ ਤੀਸਰਾ ਅੱਖਰ ਦੇਖੋ, ਇਹ ਦੋਨੋਂ, ਇਹਨਾਂ ਦੋਨਾਂ 'ਚ ਫਰਕ ਕੀ ਹੈ, ਇੱਕ ਆਹ ਵਾਲਾ ਬਿਸ਼ਟ ਲਿਖਿਆ, ਇਹਨੂੰ ਪੜ੍ਹਨਾ ਬਿਸ਼ਟ। ਇੱਕ ਤਾਂ ਇੱਥੇ ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਥੱਲੇ ਸੱਸੇ ਪੈਰ ਬਿੰਦੀ ਨਹੀਂ ਲਾਈ, ਕੋਈ ਗੱਲ ਨਹੀਂ, ਇਹਨੂੰ ਬਿਨਾਂ ਬਿੰਦੀ ਦੇ ਜੇ ਤੁਸੀਂ ਪੜ੍ਹੋਗੇ ਤਾਂ ਬਿਸ਼ਟ ਪੜ੍ਹੋਗੇ, ਬਿਸ਼ਟ, 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 ਠੀਕ ਆ, ਬਿਸ਼ਟ ਪੜ੍ਹੋਗੇ ਅਤੇ ਇਹਨੂੰ ਪੜ੍ਹੋਗੇ ਬਿਸ਼ਟ। ਟੈਂਕਾ ਅੱਧਾ ਹੈ ਬਸ, ਥੋੜ੍ਹਾ ਜਿਹਾ ਅੱਧਾ, ਅੱਧੀ ਆਵਾਜ਼ ਨਹੀਂ, ਬਿਸ਼ਟ। ਅੱਗੇ ਆ ਗਿਆ ਬਿਸ਼ਟਾ, ਬਿਸ਼ਟਾ, ਇਹ ਪੜ੍ਹਨਾ ਬਿਸ਼ਟਾ, ਅਗਲੀ ਲਾਈਨ 'ਤੇ ਚਲ ਗਿਆ। ਕਿਸ਼ਤ, ਕਿਸ਼ਤੀ, ਕੁਸ਼ਤੀ, ਬਸਤੀ, ਆ ਹੁਣ ਜਿਹੜੀ ਚੌਥੀ ਲਾਈਨ ਵਿੱਚ ਪਹਿਲੇ 3 ਵਰਡ ਆਪਾਂ ਪੜ੍ਹੇ ਆ, ਚੌਥੀ ਲਾਈਨ ਪਹਿਲੇ 3, ਇਹਨਾਂ ਦੇ ਸੱਸੇ ਪੈਰ ਬਿੰਦੀ ਲੱਗਣੀ, ਫੇਰ ਇਹ ਸਹੀ ਸਹੀ ਬਣਦੇ ਨੇ। ਕਿਸ਼ਤ, ਕਿਸ਼ਤੀ, ਕੁਸ਼ਤੀ, ਸੱਸੇ ਪੈਰ ਬਿੰਦੀਆਂ ਲਾ ਕੇ ਬੋਲੇ ਜਾਂਦੇ ਨੇ ਨਾ, ਠੀਕ ਆ, ਬਸਤੀ। ਫਿਰ ਅੱਗੇ ਕੁਸ਼ਟ, ਵਸਤੂ, ਕੈਸਟ,
गोश्त, दोस्त, बिस्तरा, बिस्तार, दस्तार, पाठ सतारवां। आप आगे पाठ सतारवां ते अद्धक अगले अक्षर की आवाज़ बताता है, अद्धक वाले दो अखरे शब्द, अद्धक वाले दो अखरे शब्द जड़े ने इन्हों इदा पढ़ना आ थले सब तो लास्ट वाले आ गए थले। अख, हथ, नक, लत, सच, रब, छड, खट्टा, मत्था, रिछ, बिल्ला, मिठा, चिट्टा, सिखी, तिखी, रस्सी, मच्छी, कच्ची। पेज नंबर 32, 32 नंबर। हजूर साहब दखण वाल है, बहुत सारे तित्तर बोल रहे हैं। तीजी लाइन, किक्कर थले ना जा, कंडे हैं। बच्चों नूं चंगियां आदतां पाओ, उदो लैक्चर देखनी पैंदियां, आप आदतां चंगियां होणगियां ते बच्चों नूं आदतां चंगियां पैंदियां। वाहिगुरु। अगे अद्धक वाले चार अखरे शब्द, बचित्तर, पवित्र, सुमित्र, चरित्र। इत्थे पढ़ रहे हैं जी, आ पढ़ रहे हैं, ठीक है। 69, दूजी लाइन, 69, 69 कहना होंदा 69, 69, 72, 72, 77, 77, 78, 78। तीजी लाइन, तरसिक्का, नछत्तर, सपुत्र, सुलक्षणी। चौथी लाइन, गड़गज, गुरदित्ता, सरबत, पड़छत्ती। पंजवीं लाइन, कलकत्ता, मित्रता, परपक, अहिल्या। छेवीं लाइन, वाहिगुरु जी पासों सब का भला मंगो। सतवीं लाइन, नाम जपण नाल मन ते बुद्धि पवित्र हो जाते हैं। अठवीं लाइन, बाबा गुरदित्ता जी छेवें सतगुरु जी दे सपुत्र सन। नौवीं लाइन, बचित्तर सिंह ने हाथी दे सिर विच नागणी मारी सी। ते अखीरली लाइन, माता सुलखणी जी सतगुरु नानक देव जी दे महल सन, मतलब पत्नी सन। पेज नंबर 33, संत गुरबचन सिंह जी सन 69 विच सचखंड नू गए। दूजी लाइन, सन 78 विच निरंकारी कांड समय 13 सिंह शहीद होए सन। हिस्टरी नाल रिलेटड आ जी, ठीक है। आप पहुँच गए पाठ 18, पैर च रारा। पैर च रारा आ जिहड़ा तुसीं देख रहे हो, आ जिहड़ा पप्पा ते मम्मा लगा, ये पता भी पप्पे के उत्ते जिहड़ी लगी वो लां लगी वो किदां बोलदी आ, पर पैर के थले जिहड़ी घुंडी जी बनी पप्पे के पैर च वो की आ, वो रारा है। उन्हें रारे की आवाज़ देनी, इहनू बोलना आ प्रेम, प्रेम, प्रेम नहीं बोलना, प्रेम, प्रेम। रारे की आवाज़ थोड़ी जी, और लां जिहड़ी आ वो पप्पे नूं नहीं लगी, वो लां लगी आ रारे नूं, प्रेम। नबेड़ा मैनू बहुत जरूरी काम पै गया, एक पहला अखरा श्री, दूजा प्रेम, प्रीत, प्रभु, ग्रंथ, मंत्र, ग्रंथी। दूजी लाइन, दृश, मित्र, त्रास, क्रोध, त्रेल, त्रेड़। त्रेल की होंगी, त्रेल क्लास दस्या सी, द ड्यू ड्रॉप्स दैट यू फाइंड ऑन ग्रास व्हेन यू गो टू एनी पार्क। किसी पार्क में जाने उ पानी दिया बूंदा होंगे ने, उन्होंने आप ड्यू ड्रॉप्स कहने इंग्लिश दे विच, वो होंगी है त्रेल, ठीक है। दूसरी लाइन दे विच पढ़ रहे हैं त्रेल। तीजी लाइन ते पहुँचो, क्रोध ना कर, प्रभु का सिमरन कर। चौथी लाइन, सारिया नाल प्रेम कर। पंजवीं लाइन, ग्रंथी सिंह का सत्कार कर। अच्छा ठीक है, वाहिगुरु सच्चे पातशाह ही आ। अगे चलो, इस कंध विच त्रेड़ आई है। नैक्सट, श्री गुरु ग्रंथ साहिब जी नू मत्था टेक। ते लास्ट दे विच आ गए ने बिंदियां वाले, शीशा, देश, शेर, कांशी। आ सस्से पैर बिंदी, ए सस्से पैर बिंदी श दी आवाज़ दिंदी है, श, ठीक है। इहनू की बोलना, शीशा, देश, शेर, कांशी। दूजी लाइन इहदे थले बिंदियां वाली, फर्श, खत्म, शब्द, कोशिश। लास्ट अखीरली लाइन, जंजीर, ये जजे पैर बिंदी जंजीर दी आवाज़ आती, ज, जजे पैर बिंदी ज बोलदा, ज, जंजीर। आश्रम, चंद्रमा, कृष्ण। पेज नंबर 34, प्रणाम, प्रसन्न, प्रौणा, प्रसाद, दरख्त, शस्त्र, बख्शीश, तस्वीर, मजबूरी। वैसे मजबूरी हुंदा, चलो कोई ना। खरगोश, तीजी लाइन ते तीजा वर्ड पढ़ रहे हैं, बुजुर्ग, किस्मत। चौथी लाइन, रेशम सिंह, ये शीशा बहुत सोहना है। फिर अगे पंजवीं लाइन, फर्श नूं चंगी तरह साफ कर। छेवीं लाइन, दरख्त ते ना चढ़, चढ़ पैर च हा हा लगा, ठीक है, हड़ा हड़ा। दरख्त, दरख्त मीनस ट्री, बिग ट्री। शब्दां दे अर्थ सीखने बहुत जरूरी हैं। अगे किन्नी लाइन है भला, एक, दो, तीन, चार, पाँच, छे, सतवीं लाइन। अठवीं तक पहुँचो, बख्शीश सिंह तस्वीर, माफ़ करना, बख्शीश सिंह चंगी तस्वीर बना, बुजुर्गां दी तनो मनो सेवा कर। नैक्सट, कश्मीर सिंह प्रसाद चंगी तरह बनाया कर। गुड।
ਹੈਗੇ ਆ। ਚੰਦਰਮਾ 15 ਦਿਨ ਵੱਧਦਾ ਅਤੇ 15 ਦਿਨ ਘਟਦਾ ਹੈ, ਚੰਦਰਮਾ ਵੱਧ ਘੱਟ ਹੁੰਦਾ ਰਹਿੰਦਾ ਆ, ਕਦੇ ਉਹ ਫੁੱਲ ਮੂਨ ਹੁੰਦਾ ਅਤੇ ਕਦੇ ਗਾਇਬ ਹੀ ਹੋ ਜਾਂਦਾ ਵਿਚਾਰਾ। ਅੱਗੇ ਆ ਗਏ ਪੈਰ 'ਚ ਹਾਹਾ, ਹਾਹਾ ਲੱਗ ਗਿਆ ਤਾਂ ਕਿੱਦਾਂ ਬੋਲਣੇ ਆ, ਥੱਲੇ ਵਾਲੇ ਜਿੰਨੇ ਆ ਗਏ ਆਹ ਵਾਲੇ, ਪੈਰ 'ਚ ਹਾਹਾ ਲੱਗਾ, ਜਿੱਦਾਂ ਲੱਲੇ ਦੇ ਪੈਰ 'ਚ ਹਾਹਾ ਲੱਗਾ, ਹਾਹਾ ਆ, ਠੀਕ ਆ। ਕੱਲ੍ਹ, ਪੜ, ਚੜ, ਹੜ, ਕਾੜ, ਦਾੜ। ਦੂਜੀ ਲਾਈਨ, ਚੁੱਲ੍ਹਾ, ਜ਼ਿਲ੍ਹਾ, ਕਿਲ੍ਹਾ, ਨੀਲਾ, ਬੁੱਲ, ਉਹਨਾਂ। ਅੱਗੇ ਆ ਬੋੜ, ਬੋੜ ਆ ਲਿਖਿਆ, ਬੋੜ ਬੋੜ ਬੋੜ, ਇਟਸ ਅ ਟ੍ਰੀ, ਹਿਊਜ ਟ੍ਰੀ, ਠੀਕ ਆ, ਬਹੁਤ ਵੱਡਾ ਹੁੰਦਾ। ਜਗ੍ਹਾ, ਗੜੀ, ਕੋਲੂ, ਓਲਾ, ਸੰਨ, ਗੁਰਦੁਆਰਾ ਸੰਨ ਸਾਹਿਬ ਬਾਸਰ ਕੇ ਗਿੱਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ। ਪੇਜ ਨੰਬਰ 35। ਸਭ ਤੋਂ ਉੱਤੇ, ਗੰਗਾ ਸਿੰਘ ਦੁੱਧ ਕਾੜ, ਚੁੱਲ੍ਹੇ ਵਿੱਚ ਅੱਗ ਬਾਲ, ਕੱਲ੍ਹ ਬਹੁਤ ਧੁੰਦ ਸੀ, ਚੰਗੀ ਤਰ੍ਹਾਂ ਪੜ, ਜਗ੍ਹਾ ਚੰਗੀ ਤਰ੍ਹਾਂ ਸਾਫ਼ ਕਰਿਆ ਕਰ, ਡੰਗਰ ਨੂੰ ਚੰਗੀ ਤਰ੍ਹਾਂ ਬੰਨ, ਕਿਲ੍ਹੇ ਦੀ ਸੈਰ ਕਰ। ਅੱਗੇ ਫਿਰ ਆ ਗਏ ਤਿੰਨ ਖਰੇ ਸ਼ਬਦ ਦੇ ਵਿੱਚ, ਬੰਨਣਾ ਆ ਇੱਥੇ ਲਿਖਿਆ ਜੀ, ਠੀਕ ਆ, ਬੰਨਣਾ। ਅੱਗੇ ਮੜਨਾ, ਮੜਨਾ ਮੀਨਸ ਵੀ ਜਿਵੇਂ ਕੋਈ ਕਹੇ ਮੇਰੇ ਉੱਤੇ ਦੋਸ਼ ਨਾ ਮੜ, ਠੀਕ ਆ, ਵੀ ਇਹ ਗੱਲ ਮੇਰੇ ਉੱਤੇ ਮੜ ਦਿੱਤੀ, ਮੜ ਦੇਣਾ ਮਤਲਬ ਜਦੋਂ ਕਿਸੇ 'ਤੇ ਬਲੇਮ ਕਰ ਦੇਣਾ, ਵੈਨ ਯੂ ਐਟਰੀਬਿਊਟ ਬਲੇਮ ਔਨ ਅਦਰਸ, ਜਦੋਂ ਮਿਸਟੇਕ ਆਪ ਕਰਕੇ ਬੰਦਾ ਦੂਜੇ 'ਤੇ ਬਲੇਮ ਮੜ ਦਿੰਦਾ, ਦੋਸ਼ ਲਾ ਦਿੰਦਾ, ਉਹਨੂੰ ਕਹਿੰਦੇ ਮੜਨਾ। ਗਿਣਨਾ, ਪੜਿਆ, ਆਲਣਾ, ਡੋਲਦੇ, ਗਾਲੜ, ਅੰਨੇ ਵਾਹ, ਅਨਪੜ੍ਹ, ਦਲਜੀਤ ਸਿੰਘ ਅੰਨੇ ਵਾਹ ਸਾਈਕਲ ਨਾ ਚਲਾ, ਸੋਰੀ, ਦਲਜੀਤ ਸਿੰਘ ਅੰਨੇ ਵਾਹ ਸਾਈਕਲ ਨਾ ਚਲਾਇਆ ਕਰ, ਕਿਸੇ ਦੇ ਆਲਣੇ ਨੂੰ ਨਾ ਫੋਲ, ਆਲਣਾ ਕਹਿੰਦਾ ਨੈਸਟ ਆਫ ਬਰਡਸ, ਵੀ ਆਲਣੇ ਨੂੰ ਫੋਲੋਗੇ ਤਾਂ ਕੀ ਵਿੱਚ ਨਿਆਣੇ ਉਹਦੇ ਬੱਚੇ ਪੰਛੀ, ਬੋਟ ਕਹਿੰਦੇ ਉਹਨਾਂ ਨੂੰ, ਬੋਟ ਵੀ ਕਹਿੰਦੇ ਆਪਾਂ, ਠੀਕ ਆ। ਅੱਗੇ ਗੰਦਾ ਪਾਣੀ ਡੋਲਦੇ, ਗਾਲੜ ਨੂੰ ਨਾ ਫੜ, ਫੜਿਆ ਵੀ ਨਹੀਂ ਜਾਣਾ ਉਹਨੇ, ਗਾਲੜ, ਸਕਰਲਸ, ਵੈਰੀ ਫੈਸਟ। ਇਸ ਜ਼ਮਾਨੇ ਵਿੱਚ ਅਨਪੜ੍ਹ ਦੀ ਕੋਈ ਕਦਰ ਨਹੀਂ, ਵੀ ਅਨਪੜ੍ਹ ਬੰਦਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਉਹਦੀ ਕੋਈ ਕਦਰ ਨਹੀਂ। ਅੱਗੇ ਅੱਗੇ ਲੱਲੇ ਪੈਰ ਬਿੰਦੀ, ਇਹ ਕਿੱਦਾਂ ਬੋਲਣੀ ਆ, ਇਹਦੀ ਪ੍ਰੈਕਟਿਸ, ਲੱਲੇ ਪੈਰ ਬਿੰਦੀ, ਇਹਨੂੰ ਪੜ੍ਹਾਂਗੇ ਕਾਲ, ਥਾਲ, ਛਾਲ, ਲੱਲੇ ਪੈਰ ਬਿੰਦੀ ਲ ਲ ਬੋਲਦੇ ਲ, ਠੀਕ ਆ, ਗਾਲ, ਹਾਲ, ਨੈਕਸਟ ਲਾਈਨ, ਵਾਲ, ਨਾਲ, ਗਲਾ, ਵੇਲੇ, ਝੋਲਾ, ਥਰਡ ਲਾਈਨ, ਥਰਡ ਲਾਈਨ, ਵਾਲਾ, ਸਾਲਾ, ਆਲਾ, ਜਾਲਾ, ਕਾਲਾ, ਚੌਥੀ ਲਾਈਨ, ਪੁਲ, ਗਲੀ, ਮੂਲੀ, ਖਾਲੀ, ਖਾਲੀ, ਖਾਲੀ। ਅੱਛਾ, ਖਾਲੀ ਅਤੇ ਖਾਲੀ 'ਚ ਫਰਕ ਹੈ, ਖਾਲੀ ਕੁਛ ਹੋਰ ਹੁੰਦਾ, ਖਾਲੀ ਕੁਛ ਹੋਰ ਹੁੰਦਾ, ਖਾਲੀ ਮਤਲਬ ਐਮਪਟੀ, ਪਰ ਖਾਲੀ ਕੀ ਹੁੰਦਾ ਆ, ਖਾਲੀ ਹੁੰਦਾ ਆ ਪਾਣੀ ਲੰਘਾਉਣ ਵਾਸਤੇ ਮਿੱਟੀ ਦੀਆਂ ਵੱਟਾਂ ਬਣਾਈਆਂ ਜਾਂਦੀਆਂ ਆ, ਇੰਬਾਰਕਮੈਂਟਸ ਹੁੰਦੀਆਂ ਨੇ, ਮਿੱਟੀ ਦੀਆਂ ਵੱਟਾਂ ਕਹਿੰਦੇ ਨੇ ਉਹਨੂੰ, ਅਤੇ ਉਹਦੇ ਵਿੱਚੋਂ ਦੀ ਪਾਣੀ ਲੰਘਦਾ ਆ, ਠੀਕ ਆ, ਛੋਟੀ ਜਿਹੀ ਨਹਿਰ, ਉਹਨੂੰ ਆਪਾਂ ਖਾਲੀ ਕਹਾਂਗੇ, ਕੋਈ ਨਹੀਂ ਕਿਸੇ ਦਾ ਨਾ ਉਹ ਇੰਟਰਨੈਟ 'ਤੇ ਖਾਊ। ਮਲਾ, ਮਲਾ, ਮਲੇ ਤਾਂ ਬਹੁਤ ਪੁਰਾਣੀਆਂ ਚੀਜ਼ਾਂ ਆ। ਚਲੋ ਸੈਕਿੰਡ ਲਾਸਟ, ਬੋਲਾ, ਤੋਲਾ, ਝੋਲੀ, ਹੌਲੀ, ਚੌਲ, ਅਤੇ ਸਭ ਤੋਂ ਲਾਸਟ ਅਖੀਰ 'ਤੇ ਥਾਲ ਸਾਫ਼ ਕਰ ਬਾਪੂ, ਹਲ ਵਾਹ ਹਲ। ਅਤੇ ਹੁਣ ਆ ਗਈ ਪੇਜ ਨੰਬਰ 36, ਅਤੇ ਮੈਂ ਉਸ ਤੋਂ ਬਾਅਦ ਵਿਹਲਾ, ਤੁਹਾਡੇ ਸਰ ਤੁਹਾਡੇ ਜੋਗਾ ਕੰਮ ਬਣ ਗਿਆ ਵਧੀਆ। ਸਭ ਤੋਂ ਉੱਤੇ, ਹਰੀ ਸਿੰਘ ਬਹੁਤ ਚਿਰ ਸਾਲਾ ਨਾ ਮਾਰ, ਆਲੇ ਵਿੱਚ ਚੀਜ਼ਾਂ ਰੱਖ। ਤੀਜੀ ਲਾਈਨ, ਇਹ ਪੁਲ ਬਹੁਤ ਪੁਰਾਣਾ ਹੈ, ਕਿਸੇ ਨੂੰ ਗਾਲ ਨਾ ਕੱਢ, ਖਾਲੀ ਸਾਫ਼ ਕਰ, ਖਾਲੀ ਦੱਸਿਆ ਨਾ, ਖਾਲੀ ਉਹਦੇ ਵਿੱਚ ਘਾਹ ਉੱਗ ਪੈਂਦਾ, ਉਹ ਸਾਫ਼ ਕਰਨੀ ਪੈਂਦੀ, ਖਾਲੀ ਸਾਫ਼ ਕਰ। ਅੰਬਾਲਾ, ਉਖਲੀ, ਦਿਵਾਲੀ, ਮਲਾਈ, ਬਟਾਲਾ, ਵਡਾਲੀ, ਦੁਆਲੇ, ਇਆਲੀ, ਵਾਲਿਆਂ, ਕਾਲਖ। ਮੈਨੂੰ ਬਹੁਤ ਜ਼ਰੂਰੀ ਕੰਮ ਆਇਆ ਇੱਕ, ਨਾ ਮੈਂ ਇੱਥੇ ਤੁਹਾਨੂੰ ਫਿਰ ਦੱਸੂ ਨਾ, ਅਤੇ ਇੱਦਾਂ ਆ, 50 ਮਿੰਟ ਦੀ ਵੀਡੀਓ ਰਿਕਾਰਡ ਹੋ ਚੁੱਕੀ ਹੈ, ਅਤੇ 50 ਮਿੰਟ ਬੋਲ ਕੇ, ਅਤੇ ਹੁਣ ਫੋਨ 'ਤੇ ਵੇਖ ਵੇਖ ਕੇ ਮੇਰੀਆਂ ਅੱਖਾਂ ਥੱਕ ਗਈਆਂ ਨੇ, ਅਤੇ ਹੁਣ ਇੱਦਾਂ ਕਰੋ ਤੁਸੀਂ, 5-5 ਮਿੰਟ ਦੀ ਵੀਡੀਓ ਦੇਖੀ ਜਾਓ ਜੀ, ਅਤੇ ਕਿਤਾਬ ਇੱਥੋਂ ਪ੍ਰਿੰਟ ਲੈ ਜਾਇਓ, ਜੇ ਬੁੱਕ ਚਾਹੀਦੀ ਆ, ਘਰ ਨਹੀਂ ਹੈਗੀ, ਮੇਰੇ ਕੋਲ ਲੈ ਜਾਓ। 20 ਸੈਂਟ ਦੀ ਇੱਕ ਪੇਜ ਦੀ ਕਾਪੀ ਬਣਨੀ ਆ, 38 ਪੇਜ ਨੇ, 38 ਨੂੰ ਅੱਧ ਕਰ ਦਿਓ, ਉਹ 16 ਫੋਟੋਕਾਪੀਜ਼ ਤੁਹਾਨੂੰ ਕਢਾਉਣੀਆਂ ਪੈਣਗੀਆਂ, ਠੀਕ ਆ, ਅਤੇ 16 ਮੇਰੇ ਖਿਆਲ ਨਾਲ 36 ਪੇਜਾਂ ਦੀ ਆਪਾਂ ਰਿਕਾਰਡਿੰਗ ਕਰ ਰਹੇ ਹਾਂ, ਵੈਸੇ ਪੇਜ 38 ਨੇ, ਵੀ $3.25 ਦੇ ਵਿੱਚ ਤੁਹਾਡਾ ਕੰਮ ਸਰ ਜਾਣਾ ਆ, ਅਤੇ ਤੁਸੀਂ ਉਹ ਕਿਤਾਬ ਵੀ ਬਣਾ ਲਓ, ਅਤੇ ਇਹ ਵੀ ਰਿਕਾਰਡਿੰਗ ਵੀਰ ਹਰਜੀਤ ਸਿੰਘ ਚੈਨਲ ਯੂਟਿਊਬ ਦੇ ਉੱਤੇ ਪਈ ਆ, ਅਤੇ ਜਿੰਨੇ ਨਿਆਣੇ ਹੈਗੇ ਆ ਤੁਸੀਂ, ਵੱਡੇ ਛੋਟੇ ਸਾਰੇ ਪੰਜਾਬੀ ਪੜ੍ਹਨੀ ਸਿੱਖਣਾ ਚਾਹੁੰਦੇ, ਪੜ੍ਹਨੀ ਇੱਥੋਂ ਸਿੱਖ ਲਓ,
ਅਤੇ ਬਾਕੀ ਕਰੈਕਸ਼ਨ ਜਿਹੜੀਆਂ ਮਿਸਟੇਕ ਨੇ ਤੁਹਾਡੀਆਂ ਉਹ ਤੁਸੀਂ ਇੱਥੇ ਆ ਕੇ ਸੁਣਾਓ, ਕਲਾਸ ਵਿੱਚ ਦੱਸਾਂਗੇ, ਫਿਰ ਆਪਾਂ ਹੋਰ ਬੱਚੇ ਤਿਆਰ ਇੰਨੇ ਕੁ ਕਰ ਦੇਣੇ ਆ ਕਿ ਅਗਲੇ ਸਾਲ ਤੁਸੀਂ ਕਲਾਸਾਂ ਆਪ ਲਾਉਣੀਆਂ ਨੇ। ਠੀਕ ਹੈ ਜੀ, ਆਪ ਸਿੱਖੋ ਅਤੇ ਦੂਜਿਆਂ ਨੂੰ ਸਿਖਾਉਣਾ ਆ ਵੀ ਪੰਜਾਬੀ ਬੋਲੀ ਅਸੀਂ ਮਰਨ ਨਹੀਂ ਦੇਣੀ, ਹੋਰ ਜਿੰਨੀਆਂ ਮਰਜ਼ੀ ਭਾਸ਼ਾ ਸਿੱਖੋ ਪਰ ਆਪਣੀ ਪੰਜਾਬੀ ਬੋਲੀ ਚੱਕ ਦਿਓ ਫਟੇ। ਲੱਗੇ ਰਹੋ, ਸ਼ਾਬਾਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਇੱਥੇ ਆਪਾਂ ਵੀਡੀਓ ਸਟਾਪ ਕਰਦੇ ਹਾਂ, ਪਿਛਲੀਆਂ ਦੋ ਵੀਡੀਓਜ਼ ਜਿਹੜੀਆਂ ਨੇ ਉਹ ਇੰਟਰਨੈਟ 'ਤੇ ਚੜ੍ਹ ਗਈਆਂ ਨੇ, ਤਿੰਨ ਵੀਡੀਓਜ਼ ਦੇ ਵਿੱਚ ਆਪਾਂ ਇੱਕ ਬੁੱਕ ਨੂੰ ਰਿਕਾਰਡ ਕੀਤਾ ਜਿਹ 'ਚ ਸਾਰੀਆਂ ਮਾਤਰਾ ਆਲਮੋਸਟ ਆ ਗਈਆਂ ਨੇ। ਚਲੋ ਇਹਦੇ ਅਖੀਰਲੇ ਪੜ੍ਹ ਹੀ ਦਿੰਦੇ ਹਾਂ, ਹੁਣ ਮੈਂ ਇਹ ਵੀ ਕਰ ਦਿੰਦਾ ਹਾਂ। ਆਪਾਂ ਪੜ੍ਹ ਰਹੇ ਹਾਂ ਇਸ 36 ਨੰਬਰ ਪੇਜ, 36 ਨੰਬਰ ਪੇਜ ਉੱਤੇ ਕਿੰਨੇ ਨੰਬਰ ਲਾਈਨ 'ਤੇ ਸੀ ਆਪਾਂ? ਚਲੋ ਮੈਂ ਪੇਜ ਤੁਹਾਨੂੰ ਲਾਈਨ ਦੱਸ ਰਿਹਾ ਜੀ, ਅੰਬਾਲਾ ਤੋਂ ਸ਼ੁਰੂ ਕਰਦੇ ਹਾਂ। ਇਹ ਪੇਜ ਨੰਬਰ ਹੈਗੀ ਲਾਈਨ 1 2 3 4 5, ਪੇਜ ਪੰਜਵੀਂ ਲਾਈਨ ਇੱਥੇ ਆ ਹੈਗਾ ਆ, ਅੰਬਾਲਾ, ਅੰਬਾਲਾ ਸਿਟੀ ਆ, ਉਖਲੀ, ਦਿਵਾਲੀ, ਮਲਾਈ, ਬਟਾਲਾ, ਅੱਗੇ ਵਡਾਲੀ, ਦੁਆਲੇ, ਅਯਾਲੀ, ਵਾਲਿਆਂ, ਕਾਲਖ, ਨੈਕਸਟ ਲਾਈਨ ਆ, ਕਾਲਖ 'ਤੇ ਹੱਥ ਨਾ ਲਾ, ਅੱਗੇ ਅਜਾਲੀ, ਭੇਡਾਂ ਬੱਕਰੀਆਂ ਸਾਂਭ। ਮਾਫ਼ ਕਰਨਾ, ਇੱਥੇ ਬੁੱਕ ਦੇ ਵਿੱਚ ਮਿਸਪ੍ਰਿੰਟ ਹੋਇਆ, ਅਜਾਲੀ ਨਹੀਂ ਹੁੰਦਾ, ਆਜੜੀ ਹੁੰਦਾ ਆ। ਠੀਕ ਆ, ਇਹ ਲਾਈਨ ਤੁਸੀਂ ਛੱਡ ਦਿਓ, ਇਸ ਤੋਂ ਥੱਲੇ ਆ ਜਾਓ। ਛੇਵੇਂ ਗੁਰੂ ਜੀ ਦਾ ਅਵਤਾਰ ਅਸਥਾਨ ਗੁਰੂ ਕੀ ਵਡਾਲੀ ਅੰਮ੍ਰਿਤਸਰ ਲਾਗੇ ਹੈ। ਚਲੋ ਜੀ, ਹੁਣ ਆ ਕੇ ਲੱਲੇ ਪੈਰ ਬਿੰਦੀ ਦੇ ਚਾਰ ਅੱਖਰਾਂ ਵਾਲੇ ਸ਼ਬਦ ਆ ਗਏ ਨੇ। ਅੱਜ ਦਾਂ ਲਿਖਿਆ ਕਾਲੇ ਪਾਣੀ, ਠੀਕ ਆ, ਇਹਦੇ ਅੱਗੇ ਲਿਖਿਆ ਕਾਲੂਨਾਥ, ਫਿਰ ਲਿਖਿਆ ਭਰੋਵਾਲ, ਥੱਲੇ ਕਾਲੀਦਾਸ, ਕਾਲੀ ਨਾਗ, ਮੂੰਗਫਲੀ, ਪਟਿਆਲਾ, ਬਰਨਾਲਾ, ਸੈਦੇਵਾਲ। ਅੰਗਰੇਜ਼ਾਂ ਨੇ ਬਹੁਤ ਸਾਰੇ ਭਾਰਤੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਸੀ। ਕਾਲੀਦਾਸ ਬਹੁਤ ਵੱਡਾ ਕਵੀ ਹੋਇਆ ਹੈ, ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਣ ਸੱਚ ਨੂੰ ਬਖਸ਼ਿਆ ਜੋੜਾ ਉਹਨਾਂ ਦੀ ਔਲਾਦ ਪਾਸ ਜ਼ਿਲ੍ਹਾ ਮਾਨਸਾ ਬੁਢਲਾਡੇ ਤੋਂ 8 ਕਿਲੋਮੀਟਰ ਦੂਰ ਪਿੰਡ ਸੈਦੇਵਾਲ ਵਿੱਚ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।